ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨ ਦੂਸਰ ਤੋ ਸੋ ਭੂਲ ਸ਼ਿਮੋ ਹਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋ ਮੋ ਸੋ ਸੇਵ ਕਰੀ ਤੁਮਰੀ ਤਿਨਕੀ ਸਭ ਹੀ ਗ੍ਰਹਿ ਦੇਖੀਅਤ ਦਰਬ ਪਰੋ ਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਦਾਨ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਾਂ ਪਾਤਸ਼ਾਹੀਆਂ ਕੇ ਪਾਵਨ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰੂ ਜੀ ਕੀ ਸਾਜੇ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਬਖਸ਼ੇ ਬਲ ਔਰ ਉੱਦਮ ਦੇ ਸਦਕਾ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨਗਰ ਸਹਾਰੀ ਦੀ ਸੰਗਤ ਵੱਲੋਂ ਜੋ 7 ਰੋਜ਼ਾ ਗੁਰਮਤ ਸਮਾਗਮਾਂ ਦੀ ਲੜੀ ਹਰ ਸਾਲ ਦੀ ਤਰ੍ਹਾਂ ਆਰੰਭ ਹੋਈ, ਅੱਜ ਚੌਥੇ ਦਿਨ ਦੇ ਦੀਵਾਨ ਵਿੱਚ ਵਡਭਾਗੀ ਸੰਗਤਾਂ ਗੁਰੂ ਕੇ ਦਰਸ਼ਨ ਦਿਦਾਰੇ ਕਰਦਿਆਂ ਹਾਜ਼ਰੀ ਭਰ ਰਹੀਆਂ ਨੇ। ਔਰ ਸਾਡੇ ਸਤਿਕਾਰਯੋਗ ਵੀਰ ਭਾਈ ਜਸਵੰਤ ਸਿੰਘ ਜੀ ਦਿਆਲਗੜ੍ਹ ਵਾਲਿਆਂ ਦੇ ਰਾਗੀ ਜਥੇ ਪਾਸੋਂ ਅੰਮ੍ਰਿਤ ਰੂਪ ਗੁਰਬਾਣੀ ਦਾ ਰਸਭਿੰਨਾ ਕੀਰਤਨ ਵਡਭਾਗੀ ਸੰਗਤਾਂ ਨੇ ਸਰਵਣ ਕੀਤਾ। ਜਿਵੇਂ ਉਹਨਾਂ ਨੇ ਆਪ ਜੀ ਦੇ ਨਾਲ ਬਚਨ ਸਾਂਝੇ ਕੀਤੇ, ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਅੱਜ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਾਹਿਨਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਅਤਕ ਸੁਦੀ ਪੰਚਮੀ ਸੰਮਤ 1765 ਬਿਕਰਮੀ 1708 ਈਸਵੀ ਨੂੰ ਨਾਂਦੇੜ ਦੀ ਧਰਤੀ ਉੱਪਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਕੇ ਪਾਵਨ ਅਸਥਾਨ ਤੇ ਅੱਜ ਦੇ ਦਿਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਦੇਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੇ ਅਦੁੱਤੀ ਕੌਤਕ। ਗੁਰੂ ਮਹਾਰਾਜ ਜੀ ਸਰੀਰਕ ਰੂਪ ਵਿੱਚ ਸੰਸਾਰ ਵਿੱਚ ਪ੍ਰਗਟ ਹੋਏ ਤਾਂ ਬਿਹਾਰ ਦੀ ਧਰਤੀ ਤੇ ਤਖ਼ਤ ਸ੍ਰੀ ਪਟਨਾ ਸਾਹਿਬ। ਗੁਰੂ ਕੀ ਕਰਮ ਭੂਮੀ ਜਿਹੜੀ ਹੈ ਉਹ ਪੰਜਾਬ ਦੀ ਧਰਤੀ ਹੈ। ਸੋ ਇੱਥੇ ਆਪ ਜੀ ਨੇ ਬੜੇ ਮਹਾਨ ਪਰ ਉਪਕਾਰ ਸਾਡੇ ਉੱਪਰ ਕੀਤੇ, ਜ਼ੁਲਮ ਦੇ ਵਿਰੁੱਧ ਜੰਗਾਂ ਵੀ ਲੜੀਆਂ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਨਾਮ ਬਾਣੀ ਦੇ ਪ੍ਰਵਾਹ ਵੀ ਚਲਾਏ ਤੇ ਆਪਣੇ ਦਾਦਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਜ਼ੁਲਮ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਜੀਵਨ ਦੀਆਂ ਮਹਾਨ ਕੁਰਬਾਨੀਆਂ ਵੀ ਕੀਤੀਆਂ, ਸਰਬੰਸ ਕੌਮ ਤੋਂ ਕੁਰਬਾਨ ਕੀਤਾ, ਸਭ ਕੁਝ ਵਾਰਿਆ ਤੇ ਆਪ ਜੀ ਨੇ ਆਪਣੇ ਸਰੀਰ ਦਾ ਓਹਲਾ ਦੱਖਣ ਦੀ ਧਰਤੀ ਨਾਂਦੇੜ ਵਿਖੇ ਜਾ ਕੇ ਕੀਤਾ, ਜੋਤੀ ਜੋਤ ਸਮਾਏ। 42 ਕੁ ਸਾਲ ਦਾ ਅਰਸਾ ਹੈ ਆਪ ਜੀ ਕੇ ਸਰੀਰਕ ਜੀਵਨ ਦਾ।
वैसे तो गुरु बेअंत है, समय की गणना विच सतगुरु जी आउंदे ही नहीं, क्योंकि सतगुर परमेश्वर मेरा, सतगुरु जी परमेश्वर का प्रतख रूप ने, ते अपनियां गिणतियां मिणतियां दे विच आपां मिणन दा जां गिणन दा यतन करिए सतगुरां दी शख्सीयत नूं, गुरु के जीवन नूं, गुरु के करतबां नूं, तां इह तां सिप्पी दे नाल समुंदर नूं सींचण वाली गल होवेगी। सो इस प्रकार इह कदाचित भी नहीं हो सकदा। जो शरीरक जीवन सतगुरु जी ने धारिया उहदा अरसा तकरीबन 42 साल का है। 1723 बिक्रमी नूं संसार ते अवतार धारण करके आए ने, ते इस प्रकार 1765 बिक्रमी नूं ज्योति जोत समाई ने। ते जे आपां दुनियावी निगाह दे नाल तकीए, ये 42 साल का समा, पर इहदे विच गुरु का कारज सदियां जेड़ा, ना कदे कोई कर सकिया ते ना कोई कर सकेगा। ऐसी करनी धन सतगुरु श्री गुरु गोबिंद सिंह साहब सच्चे पातशाह जी ने कीती है, खालसा पंथ की सिरजना कीती, कौम उपरों, धर्म उपरों, पंथ उपरों, मनुखता दे उपरों सरबंस कुरबान कीता, कुछ भी बचा के पिछे नहीं रखिया। बाल उम्र विच अपने पिता जी नूं कुरबानी वास्ते, कौम लई शहादत देण वास्ते तोरिया, और फिर अपने चारे साहिबजादे जो सन ओ कौम तों कुरबान कीते, और इसे प्रकार भूआ जी का परिवार, मामा जी का परिवार, सब कुछ ही संसार तों कुरबान कीता, माता जी दी कुरबानी, ते फिर दमदमा साहिब साबो की तलवंडी दी धरती उपर माता सुंदर कौर जी वल्लों साहिबजादियां बारे पुछे जाण तों बैठी संगत वल्ले इशारा करके, खालसा जी वल इशारा करके बचन कहे सन ना, इन पुत्रन के सीस पर वार दिए सुत चार, चार मोए तो क्या भया जीवत लाख हजार, ऐ हजारां लखां मेरे पुत्र जीउंदे ने की होया जे चार शहीद हो गए। तां ऐसी करनी श्री गुरु गोबिंद सिंह साहब सच्चे पातशाह जी नूं ही बन आई है, जिन्हां ने सानू रुलदियां फिरदियां नूं सरदारियां बख्शिश कीतियां। थोड़ा जिहा कल भी इस नुकते नूं छोहण दा मैं यतन कीता सी। भगत रविदास जी दा गुरबाणी दे विच इक शब्द है, भावें कि भगत रविदास जी 15वीं सदी दे विच होए, भगत कबीर जी दे नाल आप जी का समा मिलदा है, ते कुछ समा सतगुरु नानक देव जी दे नाल भी मिलदा है, ते ओ शब्द अकाल पुरख वाहिगुरु जी की वडियाई विच भगत रविदास जी ने उचारण कीता है। श्री गुरु ग्रंथ साहिब जी विच गोबिंद अखर अकाल पुरख लई आया है, ते ओहो ही अखर वाहिगुरु की वडियाई विच वाहिगुरु दीआं बख्शिशां दा जिक्र करदिआं होइआं भगत रविदास जी ने उचारिया है। पर गोबिंद अकाल पुरख वाहिगुरु दे प्रतख स्वरूप श्री गुरु गोबिंद सिंह साहिब जी की करनी उपर भी भगत रविदास जी का उचारण किया होया ये शब्द संपूर्ण तौर पर ढुकदा है। शब्द है, ऐसी लाल तुझ बिन कौन करे, गरीब निवाज गुसैया मेरा माथै छतर धरै, रहाओ जाकी छोट जगत को लागै ता पर तुही ढरै, नीच है ऊच करै मेरा गोबिंद काहू ते ना डरै। अकाल पुरख की उपमा विच उचारिया शब्द, ते इन्नू सतगुरु गोबिंद सिंह साहिब जी के जीवन नाल आपां टुका के तकीए। लाल का अर्थ है प्यारा, ऐसी लाल हे मेरे प्यारे, ऐसी करनी एहो जी करनी तुझ बिन कौन करै, तेरे बिना भला कौन कर सकता है, कोई नहीं कर सकता। गरीब निवाज हे मेरे अकाल पुरख वाहिगुरु, तू गरीब निवाज है, गरीबां नूं निवाजण वाला, बख्शिशां वडियाईयां देण वाला। गरीब निवाज गुसाईयां मेरा, मेरा गुसाई मेरा मालक परमात्मा गरीबां नूं निवाजण वाला है, ते जिन्हां गरीबां नूं निवाज देवे माथे छतर धरै, उन्हां दे मत्थे सिर उपर ओ राज भाग दे छतर धर दिंदा है, छतर झुला दिंदा है। धन श्री गुरु गोबिंद सिंह साहब सच्चे पातशाह जी, आप जी जैसी करनी भला किसने करनी है।
आप जी ऐसे गरीब नवाज हो जिन्हां ने कदे ए प्रण कीता सी कि जिनकी जात वरन कुल माही सरदारी ना भई कदाही तिन्ही को सरदार बनाऊं तबै गोबिंद सिंह नाम कहाऊं। आ जिन्हां जातां नूं दुनिया विच नीवियां जातियां कहा जांदा है इन्हां सारियां जातां दी गिणती करके ते अगे बचन कर दित्ते कि इन गरीब सिखन को दिओ पातशाही जिहे याद करें हमरी गुरियाई। और वाकया ये बचन सतगुरु जी ने पूरे भी किते, गरीब सिखां नूं पातशाहियां बख्शियां। अज सरदार अखर जेड़ा है एक गुरु के सिख दे नाल पक्के तौर ते जुड़ गया, ये कलगीधर पातशाह जी की कृपा है। वैसे सरदार अखर जेड़ा है ये फारसी भाषा का है ते मुगल काल दौरान फौज दे वड्डे अहुदेदार दा नाम सरदार होया करदा सी। सरदार एक पदवी है, एक अहुदा है और बहुत महान अहुदा, छोटा जिहा नहीं। पर देखो धन सतगुरु महाराज जी की कृपा, अज जदों सरदार अखर वरत्या जांदा तां वर्तन ते सुनन वाले दा ध्यान अपने आप गुरु के सिख वल जांदा है। गुरु का सिख भावें आर्थिक तौर ते गरीब होवे, बड़े सादे जे पाटे प्राणे कपड़े पाए होण, घर खाण नूं दो डंग दी रोटी भी ना होवे, पर जे है साबत सूरत है सीस ते दस्तार सजी है तां दूरों तुरिया जांदा वेख के लोकी कहणगे कि ओ सरदार जी जा रहे है। इउं सतगुरु जी ने साडे मत्थे ते वडियाई दा छत्तर धरिया है, सरदारियां बख्शियां। जा की छोत जगत को लागै ता पर तुही ढरै, हे मेरे अकाल पुरख वाहिगुरु, जिन्हां नूं दुनिया दे अखौती उच जाति लोकां ने नीवियां जातां वाले किया, जिन्हां दी छोत लगदी सी छूह लगदी सी, जिन्हां दे नेड़े आउण तों वी भिट चढ़दी मंनदे सन कि ए नीवी जात वाला मेरे नेड़े आ गया, इहदा परछावां पै गया, मैं पिटिया गया, इन्नी नफरत कीती जांदी सी जिन्हां दे नाल, तां पर तुही ढरै उहनां उपर मेरे वाहिगुरु तूं कृपा दे रस विच ढलदा है। यही करनी श्री गुरु गोबिंद सिंह महाराज जी की भी है ना, जिन्हां नूं नीवे कह कह के दुरकारिया गया। क्या सी सतगुरु महाराज जी नूं पहाड़ी राजिया ने, महाराज जिहड़ा तुसीं अमृत छकाया है आपां वी छक लैंदे आ, पर साडी शर्त यह है कि आ जिहड़े तुसीं अपने पंथ विच कमी कमीन भर्ती कीते है नीवियां जातां वाले, कोई नाई कोई झीर कोई छिंबे कोई होर, असीं इन्हां नूं अपने बराबर नहीं बिठाउणा, इन्हां नूं असीं अपने नेड़े नहीं लगण देना, साडे लई वखरा प्रबंध कर दिओ, असीं वी सिख बन जांदे आ। महाराज ने वचन कीता सी तुहाडे वर्गे हंकारियां दी लोड़ ही नहीं, सानू ये चाहिए ने। इउं जाके छोत जगत को लागै ता पर तुही ढरै, नीच है ऊच करै मेरा गोबिंद काहू ते ना डरै। मेरा गोबिंद मेरा अकाल पुरख वाहिगुरु नीवियां तो उच्चे कर लैंदा है, ओ नहीं किसे तो डरदा। धन श्री गुरु गोबिंद सिंह साहिब, मेरे सच्चे पातशाह नीवियां तो उच्चे करन वाले ने, ना आप किसे तो डरदे दे ना सिख दे मन विच कोई डर रहण देंदे ने, ऐसियां महान बख्शिशां दे मालक हन सतगुरु गोबिंद सिंह साहिब जी। ते ए बख्शिशां दे नाल अपने सिखां नूं अपनी कौम नूं अपने पंथ नूं सतगुरु जी ने खुले दिल नाल निवाजिया है। कोई सिख विच ते अपने विच कोई भिन्न भेद कोई फर्क बाकी नहीं रहण दिता। एक वारदा चेते आउंदी है चलदे प्रसंग दौरान, रावल पिंडी दी जगह पाकिस्तान बनन तों पहलां दी गल है, ते इउं बहुत वड्डा उत्थे एक सनातन मत वालियां दा हिंदू मत वालियां दा इकट्ठ होया होया है, ते उस इकट्ठ विच एक गुरु का प्यारा भी चलिया गया, संत मोहन सिंह जी उन्हां दा नाम सी, बराड़ा नगर कहा जांदा है जो अंबाले दे नेड़े है। वह संत मोहन सिंह जी उचेरी आत्मिक अवस्था वाले सन, पर उन्हां दा पहरावा बड़ा सादा जिहा, आ जिवें आपां पंजाबी च लफज वरतने कि एवें बुझड़ जिहा, इहो जिहा सी उन्हां दा पहरावा। चले गए विद्वानां दी सभा विच, बड़े बड़े वेदां दे ज्ञाता, बड़े बड़े शास्त्री, बड़े बड़े ग्रंथां दे विद्वान, वह हिंदू मत दे इकट्ठे होए सी, ते ओ विद्या दीआं डूंघीआं डूंघीआं गल्लां पए करन, ते ए बाबा मोहन सिंह जी जाके कहण लगे कि कोई थोड़ा जिहा समां मैनूं वी बोलण लई दे दिओ। ओह वेख के ही हस पए कि ये एक सीधा साधा जिहा बंदा अनपढ़ गवार कोई पेंडू जिहा पता नहीं कित्थों आ गया है,
ਤੇ ਵਿਦਵਾਨਾਂ ਦੀ ਸਭਾ ਵਿੱਚ ਬੋਲਣ ਲਈ ਸਮਾਂ ਮੰਗਦਾ ਹੈ, ਮਜ਼ਾਕ ਉਡਾਉਣ ਲੱਗੇ। ਬਾਬਾ ਜੀ ਕਹਿੰਦੇ ਵੀ ਚਲੋ ਗੰਭੀਰ ਵਿਚਾਰਾਂ ਤੁਸੀਂ ਕਰ ਰਹੇ ਹੋ, ਸੁਣ ਰਹੇ ਹੋ, ਤੇ ਦੋ ਤਿੰਨ ਮਿੰਟ ਦਾ ਸਮਾਂ ਮੈਨੂੰ ਦੇ ਦਿਓ, ਸਮਝ ਲਿਓ ਕਿ ਥੋੜਾ ਹੱਸ ਖੇਡ ਲਿਆ, ਥੋੜਾ ਜਿਹਾ ਸਵਾਦ ਹੀ ਬਦਲ ਲਿਆ। ਕਹਿੰਦੇ ਚਲੋ ਵੇਖ ਲਓ ਇਹ ਕਹਿੰਦਾ ਕੀ ਹੈ। ਸਮਾਂ ਦੇ ਦਿੱਤਾ, 3 ਮਿੰਟ ਦਾ ਸਮਾਂ ਅਨਾਊਂਸ ਕੀਤਾ ਤੇ ਸਟੇਜ ਤੇ ਖੜ ਕੇ ਬਾਬਾ ਮੋਹਨ ਸਿੰਘ ਨੇ ਬਚਨ ਕੀਤੇ ਕਿ ਸਮਾਂ ਤਾਂ 3 ਕੁ ਮਿੰਟ ਦਾ ਹੀ ਮਿਲਿਆ ਹੈ, ਪਰ ਮੈਂ ਯਤਨ ਕਰਾਂਗਾ ਕਿ ਆਪਣੀ ਗੱਲ ਮੈਂ 2.5 ਮਿੰਟ ਵਿੱਚ ਹੀ ਮੁਕਾ ਦਿਆਂ। ਗੱਲ ਮੈਂ ਸਿਰਫ ਇੰਨੀ ਕੁ ਕਹਿਣੀ ਹੈ ਕਿ ਜਿੰਨੇ ਤੁਸੀਂ ਬੈਠੇ ਹੋ ਮੈਂ ਤੁਹਾਡੇ ਸਾਰਿਆਂ ਨਾਲੋਂ ਹੀ ਚੰਗਾ। ਉਹ ਸਾਰੇ ਖਿੜਖੜਾ ਕੇ ਹੱਸ ਪਏ ਕਿ ਜਿਹੋ ਜਿਹਾ ਦਿਸਦਾ ਸੀ ਉਹੋ ਜਿਹੀ ਗੱਲ ਕਰ ਦਿੱਤੀ ਕਿ ਮੈਂ ਤੁਹਾਡੇ ਸਾਰਿਆਂ ਨਾਲੋਂ ਚੰਗਾ। ਕਹਿੰਦੇ ਕਿਵੇਂ? ਕਹਿੰਦਾ ਦੇਖੋ ਤੁਹਾਡੇ ਧਰਮ ਦੇ ਵਿੱਚ 3 ਈਸ਼ ਵੱਡੇ ਮੰਨੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਤੇ ਉਹਨਾਂ ਦੀ ਪੂਜਾ ਵੱਖਰੇ ਵੱਖਰੇ ਲੋਕ ਆਪੋ ਆਪਣੇ ਵਿਚਾਰਾਂ ਮੁਤਾਬਕ ਕਰਦੇ। ਕਹਿੰਦੇ ਹਾਂ, ਬ੍ਰਹਮਾ ਜੀ ਦੀ ਪੂਜਾ ਕਰਨ ਵਾਲੇ ਹੱਥ ਖੜੇ ਕਰੋ, ਕਾ ਭਲਾ ਕਿੰਨੇ ਕੁ ਹੈ। ਜਦੋਂ ਉਹਨਾਂ ਹੱਥ ਖੜੇ ਕੀਤੇ ਤਾਂ ਬਾਬਾ ਜੀ ਕਹਿੰਦੇ ਕਿ ਕਰ ਲਓ ਹੱਥ ਹੇਠਾਂ। ਬ੍ਰਹਮਾ ਜੀ ਦਾ ਜਿਹੜਾ ਤੁਹਾਡੇ ਗ੍ਰੰਥਾਂ ਵਿੱਚ ਰੂਪ ਲਿਖਿਆ ਹੋਇਆ ਉਹ ਇਹ ਹੈ ਕਿ ਬ੍ਰਹਮਾ ਜੀ ਦੇ 4 ਮੂੰਹ ਕਹੇ ਜਾਂਦੇ ਹੈ। ਤੁਹਾਡੇ ਵਿੱਚੋਂ ਕੋਈ ਹੈ 4 ਮੂੰਹਾਂ ਵਾਲਾ? ਤੁਹਾਡੇ ਬ੍ਰਹਮਾ ਜੀ ਨੇ ਤੁਹਾਨੂੰ ਕਿਸੇ ਨੂੰ ਆਪਣੇ ਵਰਗਾ ਬਣਾਇਆ, ਕਿਸੇ ਨੂੰ ਵੀ ਨਹੀਂ ਬਣਾਇਆ। ਹੁਣ ਜਰਾ ਸ਼ਿਵ ਜੀ ਨੂੰ ਪੂਜਣ ਵਾਲੇ ਜਿਹੜੇ ਹੈ, ਮੰਨਣ ਵਾਲੇ, ਉਹ ਹੱਥ ਖੜੇ ਕਰੋ। ਜਦੋਂ ਉਹਨਾਂ ਕੀਤੇ, ਕਹਿਣ ਲੱਗੇ ਤੁਸੀਂ ਵੀ ਘਾਟੇ ਵਿੱਚ ਹੀ ਰਹਿ ਗਏ ਹੋ। ਸ਼ਿਵ ਜੀ ਦਾ ਵਰਣਨ ਜਿਹੜਾ ਆਉਂਦਾ ਹੈ ਤੁਹਾਡੇ ਗ੍ਰੰਥਾਂ ਵਿੱਚ ਕਿ ਉਹਨਾਂ ਦੀਆਂ ਜਟਾਵਾਂ ਦੇ ਵਿੱਚੋਂ ਗੰਗਾ ਵਗਦੀ ਹੈ, ਮੱਥੇ ਤੇ ਦੂਜ ਦਾ ਚੰਦਰਮਾ ਧਾਰਨ ਕੀਤਾ ਹੋਇਆ, ਗਲੇ ਵਿੱਚ ਜ਼ਹਿਰ ਹੈ ਤੇ ਨਾਲ ਹੀ ਗਲੇ ਦੇ ਵਿੱਚ ਉਹ ਸ਼ੇਸ਼ ਨਾਗ ਜ਼ਹਿਰੀਲਾ ਸੱਪ ਵੀ ਲਟਕਾਇਆ ਹੋਇਆ ਹੈ, ਹੱਥ ਵਿੱਚ ਤਰਸ਼ੂਲ ਹੈ, ਡਮਰੂ ਹੈ। ਤੁਹਾਡਾ ਕਿਸੇ ਦਾ ਰੂਪ ਇਹੋ ਜਿਹਾ ਹੈ? ਸ਼ਿਵ ਜੀ ਨੇ ਆਪਣੇ ਵਰਗਾ ਰੂਪ ਦਿੱਤਾ, ਸਭ ਨੇ ਨੀਵੀਆਂ ਪਾ ਲਈਆਂ। ਚੰਗਾ, ਹੁਣ ਵਿਸ਼ਨੂੰ ਜੀ ਦਾ ਜਿਹੜਾ ਕੋਈ ਭਾਈ ਉਪਾਸ਼ਕ ਹੈ ਉਹ ਹੱਥ ਖੜੇ ਕਰੋ। ਜਦੋਂ ਵੈਸ਼ਨਵਾਂ ਨੇ ਆਪਣੇ ਹੱਥ ਖੜੇ ਕੀਤੇ, ਕਹਿੰਦੇ ਘਾਟੇ ਵਿੱਚ ਤੁਸੀਂ ਵੀ ਰਹੇ, ਤੁਹਾਨੂੰ ਵੀ ਵਿਸ਼ਨੂੰ ਵਰਗਾ ਰੂਪ ਨਹੀਂ ਬਣਿਆ। ਤੁਹਾਡੇ ਗ੍ਰੰਥ ਕਹਿੰਦੇ ਨੇ ਕਿ ਵਿਸ਼ਨੂੰ ਜੀ ਦੀਆਂ 4 ਬਾਹਾਂ ਨੇ, ਇੱਕ ਦੇ ਵਿੱਚ ਚੱਕਰ ਹੈ, ਦੂਸਰੀ ਵਿੱਚ ਗਦਾ ਹੈ, ਇੱਕ ਹੱਥ ਦੇ ਵਿੱਚ ਕਮਲ ਹੈ, ਇੱਕ ਵਿੱਚ ਸੰਖ ਹੈ ਤੇ ਹੋਰ ਇਹੋ ਜਿਹਾ ਰੂਪ ਜਿਹੜਾ ਕਥਨ ਕੀਤਾ ਗਿਆ। ਤੁਹਾਡੇ ਵਿੱਚੋਂ ਕੋਈ ਹੈ 4 ਬਾਹਾਂ ਜਿਹਦੇ ਕੋਲ ਵਿਸ਼ਨੂੰ ਵਰਗੇ ਉਹ 4 ਚਿੰਨ ਹੋਣ? ਮੈਂ ਪਹਿਲਾਂ ਕਿਹਾ ਸੀ ਕਿ ਮੈਂ ਤੁਹਾਡੇ ਸਾਰਿਆਂ ਨਾਲੋਂ ਚੰਗਾ। ਉਹ ਚੰਗਾ ਕਿੱਦਾਂ? ਮੈਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਮੇਰੇ ਗੁਰੂ ਦੇ ਸੀਸ ਉੱਪਰ ਸੋਹਣੇ ਕੇਸ ਨੇ, ਜੂੜਾ ਸੋਭਾ ਪਾਉਂਦਾ ਹੈ, ਮੇਰੇ ਵੀ ਕੇਸ ਸਾਬਤ ਤੇ ਜੂੜਾ ਕੀਤਾ ਹੋਇਆ ਹੈ। ਮੇਰੇ ਗੁਰੂ ਕਾ ਸੋਹਣਾ ਮੁਸ਼ਾਇਰਾ ਹੈ, ਸੋਹਣਾ ਦਾੜਾ ਹੈ, ਮੇਰੇ ਵੀ ਮੁਸ਼ਾਇਰੇ ਹੈ ਤੇ ਦਾੜਾ ਮੇਰੇ ਮੁੱਖ ਤੇ ਵੀ ਹੈ। ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਗਾਤਰੇ ਕਿਰਪਾਨ ਪਹਿਨੀ, ਆਹ ਵੇਖੋ ਮੈਨੂੰ ਵੀ ਕਿਰਪਾਨ ਪਵਾਈ ਹੈ। ਮੇਰੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੱਥ ਵਿੱਚ ਕੜਾ ਪਹਿਨਿਆ, ਮੈਨੂੰ ਵੀ ਕੜਾ ਬਖਸ਼ਿਆ ਹੈ। ਮੇਰੇ ਦਸਮ ਪਿਤਾ ਜੀ ਨੇ ਜੱਤ ਸਾਹਿਬ ਦੀ ਨਿਸ਼ਾਨੀ ਕਸ਼ਹਿਰਾ ਪਹਿਨਿਆ, ਆਹ ਕਸ਼ਹਿਰਾ ਮੈਨੂੰ ਵੀ ਬਖਸ਼ਿਸ਼ ਕੀਤਾ ਹੈ। ਕੇਸਾਂ ਦੀ ਸਫਾਈ ਲਈ ਆਪ ਲੱਕੜ ਦਾ ਕੰਘਾ ਰੱਖਿਆ, ਇਹਦੀ ਰਹਿਤ ਮੈਨੂੰ ਵੀ ਬਖਸ਼ਿਸ਼ ਕੀਤੀ ਹੈ। ਜਿਹੋ ਜਿਹਾ ਬਾਣਾ ਆਪ ਧਾਰਿਆ ਉਹੋ ਜਿਹਾ ਬਾਣਾ ਮੈਨੂੰ ਬਖਸ਼ਿਆ ਤੇ ਨਾਲ ਰਸਨਾ ਤੋਂ ਕਹਿ ਵੀ ਦਿੱਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ। ਦੱਸੋ ਮੇਰੇ ਗੁਰੂ ਦੀ ਤੇ ਮੇਰੀ ਸ਼ਕਲ ਸੂਰਤ ਵਿੱਚ ਕੋਈ ਫਰਕ ਹੈ? ਮੇਰੇ ਗੁਰੂ ਨੇ ਕੋਈ ਫਰਕ ਰੱਖਿਆ ਹੈ? ਸੋ ਇਸ ਤਰ੍ਹਾਂ ਮੈਂ ਤੁਹਾਡੇ ਸਾਰਿਆਂ ਨਾਲੋਂ ਚੰਗਾ। ਬਸ ਇੰਨੀ ਗੱਲ ਕਹਿ ਕੇ ਫਤਿਹ ਬੁਲਾ ਕੇ ਹੇਠਾਂ ਉਤਰ ਗਏ। ਸਾਰੇ ਵਿਦਵਾਨ ਨੀਵੀਆਂ ਪਾ ਕੇ ਬੈਠ ਗਏ, ਸੋਚੀ ਪੈ ਗਏ ਸਨ ਕਿ ਵਾਕਿਆ ਬੜੀ ਡੂੰਘੀ ਗੱਲ ਤੇ ਗੱਲ ਹੈ ਵੀ ਠੀਕ। ਇਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਡਿਆਈ ਹੈ, ਨਹੀਂ ਤਾਂ ਦੁਨੀਆਂ ਤੇ ਇਹੋ ਜਿਹੇ ਰਾਬਰ ਵੀ ਹੋਏ ਨੇ ਧਰਮ ਆਗੂ ਜਿਹੜੇ ਆਪਣੀ ਉਮਤ ਨੂੰ, ਆਪਣੇ ਚੇਲਿਆਂ, ਆਪਣੇ ਪੈਰੋਕਾਰਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਮੇਰੀਆਂ ਭੇਡਾਂ ਬੱਕਰੀਆਂ ਹੋ ਤੇ ਮੈਂ ਤੁਹਾਨੂੰ ਚਾਰਨ ਵਾਲਾ ਆਜੜੀ ਆ। ਆਪਣੇ ਮੰਨਣ ਵਾਲਿਆਂ ਨੂੰ, ਆਪਣੇ ਚੇਲਿਆਂ ਨੂੰ, ਆਪਣੇ ਪੈਰੋਕਾਰਾਂ ਨੂੰ ਭੇਡਾਂ ਬੱਕਰੀਆਂ ਕਹਿ ਕੇ ਆਪ ਮਾਲਕ ਬਣੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਰੂਪ ਦਿੱਤਾ, ਆਪਣੇ ਬਰਾਬਰ ਦਾ ਦਰਜਾ ਹੀ ਦੇ ਦਿੱਤਾ ਖਾਲਸੇ ਨੂੰ। ਕੇਵਲ ਬਰਾਬਰ ਦਾ ਨਹੀਂ ਬਲਕਿ ਆਪਣੇ ਤੋਂ ਵੀ ਵੱਧ ਸਤਿਕਾਰ ਦੇ ਦਿੱਤਾ। ਜਦੋਂ ਇਹ ਬਚਨ ਕਹਿ ਦਿੱਤੇ ਕਿ ਖਾਲਸਾ ਮੇਰੋ ਸਾਜਨ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਇੰਨੀ ਵਡਿਆਈ ਖਾਲਸੇ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਮੈਂ ਆਰੰਭ ਵਿੱਚ ਹੀ ਬੇਨਤੀ ਕੀਤੀ ਕਿ ਚਾਰੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਪੁੱਤਰੀਆਂ ਬਣਾਇਆ, ਇਹ ਕਿਰਪਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਸੋ ਖਾਲਸਾ ਜੀ, ਸਰਬੰਸ ਕੁਰਬਾਨ ਕਰਨ ਉਪਰੰਤ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾ ਕੇ, ਅਰਥ ਪੜਾ ਕੇ, ਦਮਦਮੀ ਟਕਸਾਲ ਦੀ ਆਰੰਭਤਾ ਕਰਕੇ ਸਤਿਗੁਰੂ ਜੀ ਨੇ ਦੱਖਣ ਵੱਲ ਨੂੰ ਚਾਲੇ ਪਾਏ ਸਨ।
औरंगजेब की मौत होई उहदे पुत्रां दे विच तख्त की प्राप्ति वास्ते जंग छिड़ी। एक तारा आजम है, एक मुअज्जम है। मुअज्जम ने सतगुरु जी की शरण लई। गुरु गरीब नवाज जी ने शरण आया जाण के मदद की। तारा आजम नूं मार के मुअज्जम नूं राज भाग हिंदुस्तान का बख्शिया। ते ओहो मुअज्जम जिहड़ा सी बहादुर शाह दे नाम नाल जाणिया गया। आगरे विच सतगुरां दा बड़ा वड्डा आदर सत्कार बहादुर शाह ने कीता सी। उत्थों दिल्ली आए, इत्थों फिर दक्षण वल नूं चाले पाए सन। नंदेड़ की धरती ते अनेकां कौतक कीते। कल मैं बेनतियां कीतियां सन जिवें जिवें श्री गुरु ग्रंथ साहिब जी नूं गुरता ते सुभाए मान कीता। उहदे तों पहलां एक कौतक वापरिया सी। कुछ पठान भी सतगुरु गरीब नवाज जी की फौज दे विच तनखाहदार दे तौर ते शामिल है। ते उन्हां पठाणा दे विच पठान पैंदे खां दा पोतरा गोल खान भी शामिल है। पैंदे खां दा पुत्र सैदे खान होया। सैदे खान दा पुत्र अगों गोल खां सी। ओह पैंदे खान जिसनूं छेवें पातशाही ने आप अपने हत्थी पालिया, जंगी जरनैल बनाया, बड़िया बड़िया वड्डिया बख्शिशां दे नाल नवाजदे रहे, बड़िया कीमती चीज़ां उहनूं दिंदे रहे। पर उही पैंदे खान जदों निमक हरामी बनिया ते शाहजहान बादशाह दे कोल जाके काले खां सैनापति की अगवाई हेठ 1.25 लाख फौज चाढ़ के लियांदी। जलंधर दे नेड़े करतारपुर विखे जंग होई ते उस जंग विच काले खां होरां दे समेत पैंदे खां वी सतगुरु छेवें पातशाही दे हत्थों मारिया गया सी। ते सतगुरु महाराज की जित होई सी। छेवें पातशाही दे पोतरे श्री गुरु गोबिंद सिंह साहिब जी ने पैंदे खां दा पोतरा गोल खां पठान है। कौतक सतगुरु गरीब नवाज जी ने आप वरताउणा है। दुपहर दे वक्त आराम करदिया होया गोल खां पठान ने मौका वेख के सतगुरु महाराज जी की वखी दे विच खंजर दा वार कीता सी। जो डूंगा उतरिया सी वखी दे विच, पर सतगुरु जी ने उस वक्त उन्हूं अपनी तलवार की भेट चढ़ा दिता सी। उहदा दूजा साथी जमशेद खां बार पहरेदार लखा सिंह ने तेग की धार लंघा दिता। सो उस वक्त जराह सदे गए जख्म सीण वाले, जिवें अज सर्जन कहे जाते हैं उदों जराह हुंदे सन, उन्होंने जख्म सीते। ते इउं 14 दिनां दे विच सतगुरु सच्चे पातशाह दा शरीर बिल्कुल तंदुरुस्त हो गया सी। ते उहदे तों वी काफ़ी लम्मा समा फिर सतगुरु सच्चे पातशाह जी दर्शन दारे बख्शिश करते रहे है। ते जदों कत्तक दे महीने विच सतगुरु महाराज ने ज्योति जोत समाउण की तैयारी की है, धन श्री गुरु ग्रंथ साहिब जी नूं कत्तक सदी दूज वाले दिन गुरता गद्दी ते सुभाए मान कीता सी। ते उस वक्त भाई साहब भाई मनी सिंह जी नूं हुक्मनामा लैण दी आग्या होई सी। हुक्मनामा आया सी सूही महला 5वां, अबचल नगर गोबिंद गुरु का नाम जपत सुख पाया राम, मन इच्छे सही फल पाए करतै आप दिवाया राम। सो इसे हुक्मनामे दे अखर अबचल नगर तों ही उस अस्थान का नाम सतगुरां ने अबचल नगर साहिब रखिया सी। सो इस प्रकार श्री गुरु ग्रंथ साहिब जी नूं गुरता गद्दी दूज वाले दिन बख्शिश करके सतगुरु जी ने आप अपने ज्योति जोत समाउण दे तैयारी प्रारंभ करवाए सन। गुरसिखां नूं वचन होया सी भाई चंदन की लकड़ लैके आओ। 100 मण चंदन की लकड़ जिहड़ी सी उह एकत्र कीती गई। साध संगत जी, एक बार काफ़ी सालां की गल है कि अज दे दिहाड़े दास गुरद्वारा बंगला साहिब विखे कथा कर रहा सी। सो उदण भी यह दिहाड़ा सी ज्योति जोत समाउण दा। टाइम टीवी तो संगत कथा सरवण कर दियां। ये मैं जदों साखी सुनाई 100 मण चंदन की जो इतिहास विच गल आई है, बाद विच एक किसे तर्कवादी का फोन आया, आखे जी ये गल मनण योग नहीं। मैं क्या क्यों नहीं मनण योग, ये तो इतिहास विच बचन लिखे हुए है। कहिंदा जी इतिहास विच बड़ा वध घट लिख दिता जांदा है, अपना अपने आप तो भी कुछ सोच तो दिमाग तो भी कम लै लैना चाहिए। मैं क्या भाई ये काम ही साडा तां विगड़िया क्योंकि असी अपने दिमाग तो कम लैन लग पे। आपां गुरु का जिहड़ा सिद्धांत सी उह छड्ड दिता ते अपनियां सोचां विच लग गए, तां ही कम बहुता विगड़िया, तां ही श्रद्धा भावना साडे चों मुक्की। ते मैं हुण जरा ध्यान नाल सुनी, चंदन की जिहड़ी लकड़ है सारियां लकड़ां नालों भारी हुंदी है। किसी भी तरह की लकड़ तुसीं लै लो, उहनूं पाणी विच रखो, कदे लकड़ पाणी विच नहीं डुबदी, पर चंदन पाणी विच डुबदा। जिहड़ा शुद्ध चंदन होवे उह पाणी विच डुबदा, भारी हुंदी है लकड़।
ਫਿਰ ਇਲਾਕਾ ਉਹ ਜਿਸ ਇਲਾਕੇ ਵਿੱਚ ਉਹਨਾਂ ਸਮਿਆਂ ਵਿੱਚ ਚੰਦਨ ਹੁੰਦਾ ਹੀ ਬਹੁਤ ਜ਼ਿਆਦਾ ਸੀ। ਅੱਜ ਕੱਲ੍ਹ ਵੀ ਆ ਕਰਨਾਟਕ ਅਤੇ ਤਾਮਿਲਨਾਡੂ ਦੇ ਜੰਗਲਾਂ ਵਿੱਚ ਜਿਹੜੇ ਚੰਦਨ ਦੇ ਬੜੇ ਬੜੇ ਵੱਡੇ ਬਾਗ ਨੇ, ਬਹੁਤ ਵੱਡਾ ਉੱਥੇ ਚੰਦਨ ਦਾ ਭੰਡਾਰ ਹੈ। ਅਤੇ ਉਸੇ ਇਲਾਕੇ ਵਿੱਚ ਪਰੇ ਹੈਦਰਾਬਾਦ ਪੈ ਜਾਂਦਾ ਹੈ, ਅਤੇ ਜਿਹੜਾ ਹੈਦਰਾਬਾਦ ਦਾ ਹਾਕਮ ਸੀ, ਨਿਜ਼ਾਮ ਕਿਹਾ ਜਾਂਦਾ ਹੈ ਉੱਧਰ ਦੀ ਬੋਲੀ ਵਿੱਚ, ਉਹ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਸ਼ਰਧਾਲੂ, ਇੱਕ ਚੰਦਨ ਦਾ ਘਰ ਉਹ ਸਾਰੀ ਜਗ੍ਹਾ ਉਹ ਇਲਾਕਾ, ਦੂਸਰਾ ਚੰਦਨ ਦਾ ਭਾਰ ਬਹੁਤ, ਤੀਸਰਾ ਉਹ ਜਿਹੜਾ ਹੈਦਰਾਬਾਦ ਦਾ ਨਿਜ਼ਾਮ ਹੈ ਉਹ ਗੁਰੂ ਕਾ ਸ਼ਰਧਾਲੂ। ਅਤੇ ਹੁਣ ਦੱਸ ਕੇ 100 ਮਣ ਚੰਦਨ ਇਕੱਠਾ ਹੋ ਸਕਦਾ ਕਿ ਨਹੀਂ ਹੋ ਸਕਦਾ, ਗੱਲ ਨਾ ਆਈ ਤੇ ਫੋਨ ਕੱਟ ਕੇ ਦੌੜ ਗਿਆ। ਸੋ ਇਹੋ ਜਿਹੇ ਤਰਕਵਾਦੀ ਬਥੇਰੇ ਹੁੰਦੇ ਨੇ, ਸ਼ੰਕਾਵਾਦੀ ਇਹ ਜੀ ਗੱਲਾਂ ਵੱਧ ਘੱਟ ਲਿਖ ਦਿੱਤੀਆਂ। ਨਹੀਂ ਸਾਧ ਸੰਗਤ ਜੀ, 100 ਮਣ ਚੰਦਨ ਉਹ ਵੀ ਸਰਬ ਕਲਾ ਸਮਰੱਥ ਸਤਿਗੁਰਾਂ ਦੇ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ। ਉਸ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਸੀ ਮਾਰੂ ਰਾਗ ਵਿੱਚੋਂ, ਪੰਜਵੇਂ ਪਾਤਸ਼ਾਹ ਜੀ ਕਾ ਪਾਵਨ ਸ਼ਬਦ ਖੁੱਲਿਆ, ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਾਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਆਪ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਣਾਈ। ਸੋ ਇਹ ਸ਼ਬਦ ਦਾ ਕੀਰਤਨ ਕਰਨ ਵਾਸਤੇ ਰਾਗੀ ਸਿੰਘਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਵਾਰ ਵਾਰ ਲਗਾਤਾਰ ਇਸ ਸ਼ਬਦ ਦਾ ਕੀਰਤਨ ਕਰਦੇ ਰਹੋ। ਤੀਜ ਅਤੇ ਚੌਥ ਦਾ ਦਿਨ ਇਉਂ ਸੰਗਤਾਂ ਨੂੰ ਹਦਾਇਤਾਂ ਦਿੰਦਿਆਂ, ਉਪਦੇਸ਼ ਦਿੰਦਿਆਂ ਹੋਇਆਂ ਬਤੀਤ ਹੋਏ ਸਨ। ਪੰਚਮੀ ਦਾ ਦਿਨ ਆਇਆ ਕੱਤਕ ਸੁਧੀ ਪੰਚਮੀ ਦਾ, ਤਦੋਂ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਿਆਰੀ ਆਰੰਭ ਕਰਵਾਈ ਹੈ, ਔਰ ਉਸ ਵਕਤ ਉਹ ਜਿਹੜਾ 100 ਮਣ ਚੰਦਨ ਸੀ ਉਹਦੀ ਚਿਤਾ ਤਿਆਰ ਕਰਵਾਈ ਗਈ, ਆਲੇ ਦੁਆਲੇ ਉਹਦੇ ਕਨਾਤ ਲਗਵਾ ਦਿੱਤੀ, ਪਰਦਾ ਕਰਾ ਦਿੱਤਾ ਸੀ, ਅਤੇ ਖਾਲਸਾ ਜੀ ਨੂੰ ਆਪਣੇ ਸਰੀਰਕ ਰੂਪ ਦੇ ਅੰਤਿਮ ਦਰਸ਼ਨ ਦਿਦਾਰੇ ਬਖਸ਼ ਕੇ ਅਤੇ ਹਦਾਇਤਾਂ ਦੇ ਕੇ ਕਿ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਲੜ ਸਦਾ ਲੱਗੇ ਰਹਿਣਾ, ਕਿਸੇ ਦੇਹਧਾਰੀ ਦੰਭੀ ਪਖੰਡੀ ਦੀ ਪੂਜਾ ਨਹੀਂ ਕਰਨੀ, ਮੜੀਆਂ ਮਸਾਣਾਂ ਨੂੰ ਨਹੀਂ ਪੂਜਣਾ। ਅਤੇ ਨਾਲ ਹੀ ਸੰਗਤਾਂ ਦੇ ਵਿੱਚ ਆਮ ਪ੍ਰਚਲਿਤ ਨੇ ਕਲਗੀਧਰ ਜੀ ਕੇ 52 ਬਚਨ, ਉਹ 52 ਬਚਨ ਜੋ ਹਦਾਇਤਾਂ ਸਤਿਗੁਰਾਂ ਨੇ ਕੀਤੀਆਂ ਸਨ ਉਹ ਕਰਨ ਉਪਰੰਤ ਸਤਿਗੁਰੂ ਜੀ ਨੇ ਫਤਿਹ ਗਜਾਈ ਕਿ ਇਹ ਸਾਡੇ ਸਰੀਰਕ ਰੂਪ ਦੇ ਆਖਰੀ ਦਰਸ਼ਨ ਨੇ, ਇਹਦੇ ਤੋਂ ਬਾਅਦ ਤੁਹਾਨੂੰ ਦਰਸ਼ਨ ਨਹੀਂ ਹੋਣੇ, ਹੁਣ ਸਾਡੀ ਫਤਿਹ ਪ੍ਰਵਾਨ ਕਰੋ। ਇਉਂ ਕਹਿ ਕੇ ਜਦੋਂ ਸਤਿਗੁਰੂ ਜੀ ਤੰਬੂ ਵਿੱਚ ਪ੍ਰਵੇਸ਼ ਹੋਣ ਲੱਗੇ ਨੇ, ਸਿੱਖ ਸੰਗਤਾਂ ਵਿੱਚ ਖਾਲਸਾ ਵਿੱਚ ਬਹੁਤ ਜ਼ਿਆਦਾ ਵੈਰਾਗ ਛਾ ਗਿਆ, ਬੇਅੰਤ ਪ੍ਰੇਮੀਆਂ ਦੇ ਨੇਤਰਾਂ 'ਚੋਂ ਪਰਲ ਪਰਲ ਹੰਝੂ ਵਗਣ ਲੱਗੇ ਸਨ ਕਿ ਜਦੋਂ ਖਾਲਸਾ ਜੀ ਦੀ ਐਸੀ ਵੈਰਾਗ ਭਰੀ ਦਸ਼ਾ ਸਤਿਗੁਰਾਂ ਨੇ ਤੱਕੀ, ਕੀ ਗੱਲ ਭਾਈ ਵੈਰਾਗ ਕਾਹਤੋਂ ਕਰਦੇ ਹੋ, ਮਹਾਰਾਜ ਆਪ ਜੀ ਕੇ ਸਰੀਰ ਦੇ ਦਰਸ਼ਨ ਆਪਾਂ ਨੂੰ ਕਦੇ ਨਹੀਂ ਹੋਣੇ, ਸਾਡਾ ਵਾਲੀ ਕੌਣ ਮਹਾਰਾਜ, ਤਾਂ ਮਨ ਭਰ ਭਰ ਆਉਂਦਾ। ਸਤਿਗੁਰਾਂ ਨੇ ਬਚਨ ਕੀਤਾ, ਉਸ ਵਕਤ ਕੌਤਕ ਵਰਤਾਇਆ ਸੀ ਕਿ ਭਾਈ ਚੰਗਾ ਇਉਂ ਕਰੋ, ਇਹ ਅੰਤਿਮ ਮੌਕਾ ਹੈ ਸਾਡੇ ਇਸ ਸਰੀਰਕ ਰੂਪ ਦੇ ਦਰਸ਼ਨਾਂ ਦਾ, ਜਿਸ ਜਿਸ ਨੇ ਸਾਡੇ ਚਰਨ ਪਰਸਣੇ ਨੇ ਪਰਸ ਲਵੋ, ਇਹ ਤੋਂ ਬਾਅਦ ਮੌਕਾ ਨਹੀਂ ਮਿਲਣਾ। ਹੁਣ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਸਾਹਮਣੇ ਖੜ੍ਹੇ ਨੇ ਅਤੇ ਅਗਲੇ ਹੀ ਪਾਲ ਹਮੇਸ਼ਾ ਲਈ ਆਪਣੇ ਸਰੀਰ ਦਾ ਓਹਲਾ ਕਰਨ ਵਾਲੇ ਨੇ, ਮੌਕਾ ਦੇ ਦਿੱਤਾ ਕਿ ਜਿਨ੍ਹਾਂ ਜਿਨ੍ਹਾਂ ਨੇ ਚਰਨਾਂ ਨੂੰ ਸਪਰਸ਼ ਕਰਨਾ ਕਰ ਲਵੋ। ਕਿਹੜਾ ਭਲਾ ਗੁਰੂ ਕਾ ਸਿੱਖ ਹੋਵੇ ਜਿਹੜਾ ਇਸ ਵੇਲੇ ਗੁਰੂ ਕੇ ਚਰਨਾਂ ਦਾ ਸਪਰਸ਼ ਨਾ ਕਰਨਾ ਚਾਹੇ। ਸਿੰਘ ਹੁੰਮ ਹੁਮਾ ਕੇ ਪਹੁੰਚੇ, ਇੱਕ ਦੂਜੇ ਤੋਂ ਅਗਾਂਹ ਵੱਧ ਵੱਧ ਕੇ ਗੁਰੂ ਕੇ ਚਰਨਾਂ ਨੂੰ ਹੱਥ ਲਾਉਣਾ ਚਾਹੁੰਦੇ ਆ, ਗੁਰੂ ਕੇ ਮੁਬਾਰਕ ਚਰਨ ਆਪਣੇ ਹੱਥਾਂ ਵਿੱਚ ਫੜਨਾ ਚਾਹੁੰਦੇ ਹੈ। ਪਰ ਕੌਤਕ ਇੱਕ ਅਸਚਰਜ ਵਰਤਦਾ ਹੈ। ਕੀ ਕੌਤਕ? ਕਿ ਇਸ ਪ੍ਰਕਾਰ ਕਲਗੀਧਰ ਪਾਤਸ਼ਾਹ ਜੀ ਸਾਹਮਣੇ ਖੜ੍ਹੇ ਨੇ, ਦ੍ਰਿਸ਼ਟ ਪਰਤ ਹੈ ਸਭਨ ਕੇ ਸ੍ਰੀ ਸਤਿਗੁਰ ਤਿਸ ਕਾਲ। ਉਸ ਵਕਤ ਸਤਿਗੁਰੂ ਜੀ ਸਾਰਿਆਂ ਨੂੰ ਪ੍ਰਤੱਖ ਦਿਖਾਈ ਦੇ ਰਹੇ ਨੇ, ਦਰਸ਼ਨ ਕਰ ਰਹੇ ਨੇ, ਪਰ ਨਹੀਂ ਸਪਰਸ਼ਨ ਹੋਤ ਹੈ। ਸੋ ਇਉਂ ਦੇਖ ਬਿਸਮ ਭਏ ਵਿਸਾਲ, ਗੁਰੂ ਮਹਾਰਾਜ ਸਾਹਮਣੇ ਨੇ, ਗੁਰੂ ਕੇ ਚਰਨ ਵੀ ਪ੍ਰਤੱਖ ਨੇ, ਪਰ ਗੁਰੂ ਕੇ ਚਰਨਾਂ ਦਾ ਸਪਰਸ਼ ਨਹੀਂ ਹੋ ਰਿਹਾ। ਸਿੰਘ ਗੁਰੂ ਕੇ ਚਰਨਾਂ 'ਤੇ ਆਪਣਾ ਹੱਥ ਰੱਖਦੇ ਨੇ, ਹੱਥ ਜ਼ਮੀਨ 'ਤੇ ਜਾ ਟਿਕਦਾ, ਗੁਰੂ ਕੇ ਚਰਨ ਹੱਥਾਂ ਵਿੱਚ ਆਉਂਦੇ ਹੀ ਨਹੀਂ। ਮਹਾਰਾਜ ਜੀ, ਇਹ ਕੀ ਕੌਤਕ ਹੈ? ਸਤਿਗੁਰਾਂ ਸਮਝਾਇਆ ਸੀ, ਗੁਰਸਿੱਖੋ, ਇਹ ਤੁਹਾਨੂੰ ਸਮਝਾਉਣ ਲਈ ਇਹ ਕੌਤਕ ਕੀਤਾ ਹੈ। ਇਹ ਅਸਚਰਜ ਕੌਤਕ ਤਾਂ ਕਿਉਂਕਿ ਤੁਹਾਨੂੰ ਇਹ ਸਮਝਾਇਆ ਜਾਵੇ, ਇਹ ਦੱਸਿਆ ਜਾਵੇ, ਤੁਸੀਂ ਸਰੀਰਕ ਰੂਪ ਦਾ ਮੋਹ ਕਰਕੇ ਵੈਰਾਗ ਪਏ ਕਰਦੇ ਹੋ। ਇਹ 10 ਸਰੀਰਕ ਜਾਮੇ ਤਾਂ ਆਪਾਂ ਗੁਰਮਤ ਦੇ ਪ੍ਰਚਾਰ ਲਈ, ਨਾਮ ਬਾਣੀ ਨਾਲ ਜੋੜਨ ਲਈ ਧਾਰਨ ਕੀਤੇ, ਸਾਡਾ ਅਸਲ ਰੂਪ ਤਾਂ ਸ਼ਬਦ ਹੈ, ਉਹ ਸ਼ਬਦ ਦੇ ਲੜ ਹੀ ਤੁਹਾਨੂੰ ਲਾ ਚੱਲੇ ਹਾਂ। ਕਦੇ ਸਤਿਗੁਰਾਂ ਨੇ ਇਹ ਬਚਨ ਪਹਿਲਾਂ ਵੀ ਕਹੇ ਸਨ
के तीन रूप है मोहे के सुनहो नंद चित लाए निर्गुण सरगुण गुर शब्द कहो तोहे समझाए। भाई नंद लाल सिंह जी साढ़े तीन रूप ने, तीन रूप, एक निर्गुण रूप है निराकार रूप अकाल पुरख वाहिगुरु जो सर्व व्यापक है वह साडा एक निर्गुण रूप है। दूजा यह सरगुण रूप है जिहड़ा शरीरक रूप प्रतख दर्शना लई धारण किया है। तो तीसरा साडा रूप जिहड़ा है गुर शब्द है, शब्द के नाल ही जुड़ना करो भाई, उहदे विचों ही सरगुण सरूप के दर्शन, उहदे विचों ही निर्गुण की प्राप्ति। सो इउं सिक्ख्या दे के सारिआं नूं धीरज दित्ती सी सतगुरु सच्चे पातशाह जी ने, नाल ही अपने जिहड़े खास पंज घोड़े सन वह तैयार करन दा शिंगारन दा हुक्म भी सतगुरु गरीब नवाज जी ने दिता सी। ते गुरु महाराज के घोड़िया की सेवा करन वाले सिंघां ने वह वधिया पंज घोड़े भी शिंगार दिते सन, पर हैरान सन कि सतगुरु जी इस वेले किसी घोड़े ते सवारी तो कर नहीं रहे, तंबू विच जा रहे ने, वह घोड़े कादे लई तैयार करवाए सन। सतगुरु जी गए ने फतेह गजा के खालसा जी नूं कनात अंदर, चिखा दे उपर जाके सतगुरु जी सुभायमान होए, बचन किया कि इहो ही जिहड़ा शब्द है अब मोहे जीवन पदवी पाई, इहदा कीर्तन हुंदा रहे ते सारा खालसा कीर्तन सरवण करदा रहे, कनात दे अंदर कोई झाती मारन दा यतन ना करे। हुण कौण भला गुरु के हुक्म की उलंघना करेगा। पैरे लगे सन उन्हां पहरेदारां नूं भी गुरु कीआं सख्त हदायतां सन। चिखा उपर बैठ के सतगुरु सच्चे पातशाह ने की कौतक किया है, तब जोग अगन निकार कै गुर चिता चंदन की दही, निज थूल तन निर्बाण की दो सम बघूरे के सही, गुर जोत ज्योति मैं मिले अस्थूल तन के सहत ही, ज्यों लहर जल की जल मिले उपाद के हुए रहत ही। जोग अगन ये साडे शरीर के अंदर एक अश्चर्य अग्नि हुंदी है, सो योग अग्नि जिहड़ी मस्तक दे विचों प्रगट हुंदी है, ते विरले विरले कोई उच्ची अवस्था वाले हुंदे ने जिहड़े उस योग अग्नि नूं प्रगट कर सकदे है। कईआं सिद्धां बारे भी बचन आउंदे ते कई गुरसिखां दा इतिहास भी ऐसा आउंदा है कि इउं बैठ के योग अग्नि दे नाल अपने शरीर नूं भस्म कर देना, इउं अकाल चलाना कर जाना, वह अग्नि नेड़े तेड़े होर किसी चीज़ नूं ना साड़दी है, ना किसी का कुछ बिगाड़दी है, ना ही सड़न की कोई स्मैल आउंदी है। जिस गुरमुख प्यारे ने अपने वह अकाल चलाने वेले योग अग्नि प्रगट की, केवल उसे का शरीर ही जिहड़ा उहदे विच बिना किसी कष्ट तो बिना किसी दुख तो वह जिहड़ा अलोप हो जाता है, पिछे राख भी बाकी नहीं बचती। सो वह योग अग्नि सतगुरु गरीब नवाज जी ने प्रगट की सी, उस योग अग्नि दे नाल उस चिता नूं सतगुरु जी ने अग मचा दिती सी। तब जोग अग्न निकार कै गुरचिता चंदन की दही, जोग अग्नि पैदा करके उहदे नाल चंदन की चिखा नूं सतगुरु सच्चे पातशाह ने अग लगवाई, भांबड़ बले निज थूल तन निर्बाण कीनो सम बघूरे के सही, जिमें आ वाव रौला आउंदा एकदम ते फिर उड़ जांदा है, उहदा किते नामो निशान नहीं ना लभदा, इउं अपने प्रतख शरीर नूं उस अग्न विच सतगुरु सच्चे पातशाही ने अलोप ही कर लिया, फिर उसके दर्शन नहीं हुए। ते इउं इह ज्ञानी ज्ञान सिंह जी अगे बचन लिखते ने, गुर जोत ज्योति मैं मिले अस्थूल तन के सहत ही, धन सतगुरु श्री गुरु गोबिंद सिंह साहब जी ज्योति जोत समाए अपने इस स्थूल शरीर के समेत, भाव के सन देही सचखंड गए, शरीर नूं पिछे त्याग के नहीं गए। सो इस प्रकार गुर जोत ज्योति मैं मिले अस्थूल तन के सहत ही, ज्यों लहर जल की जल मिले उपाद ते हुए रहत ही। जिवें पानी की लहर पानी विच ही मिल जाती है, फिर उहदा वखरा रूप नहीं ना कोई दिसदा, इउं सतगुरु गोबिंद सिंह साहब जी समेत तन दे समेत शरीर दे सचखंड नूं चले गए सन। साध संगत जी आपा इतिहास जदों पढ़ीए, पहला धन सतगुरु श्री गुरु नानक देव साहब जी ने अपना शरीर अलोप कर लिया सी ज्योति जोत समा के, इउं सण दे ही सचखंड सतगुरु नानक देव साहब जी गए है। इसे तरह पंजवें पातशाही की जदों रावी दरिया के किनारे शहादत हुई है, पांच दिन तत्ती तवी के तसीहे चलण तो बाद सतगुरु जी ने रावी दरिया अपने शरीर को जल रूप ही कर लिया सी, ते इउं पंजवें पातशाह जी भी शरीर के सहत सण दे ही सचखंड गए है।
ਤੇ ਹੁਣ ਦਸਵੇਂ ਪਾਤਸ਼ਾਹ ਜੀ ਵੀ ਸੰਦੇ ਹੀ ਸੱਚਖੰਡ ਗਏ। ਇਤਿਹਾਸ ਵਿੱਚ ਗੁਰਪ੍ਰਤਾਪ ਵਿੱਚ ਤਾਂ ਇਹ ਵੀ ਬਚਨ ਆਉਂਦਾ ਹੈ ਕਿ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਜਦੋਂ ਸ਼ਹੀਦ ਹੋਏ ਹੈ ਉਹ ਵੀ ਆਪਣੇ ਸਰੀਰ ਨੂੰ ਅਲੋਪ ਕਰ ਗਏ ਸਨ ਸ਼ਹੀਦ ਹੋਈਆਂ ਦੇਹਾਂ ਨੂੰ ਅਤੇ ਉਹ ਵੀ ਸੰਦੇ ਹੀ ਸੱਚਖੰਡ ਗਏ ਸੀ। ਇਹ ਅੱਜ ਕੱਲ੍ਹ ਬੜੀਆਂ ਪੋਸਟਾਂ ਜੀਆਂ ਪੈਂਦੀਆਂ ਜੀ 200 ਤੇ ਇੰਨੇ ਫੱਟ ਸਾਹਿਬਜ਼ਾਦਾ ਜੀ ਦੇ ਸਰੀਰ 'ਤੇ ਲੱਗੇ। ਸਾਧ ਸੰਗਤ ਜੀ ਕਿੰਨੇ ਭਲਾ ਫੱਟਾਂ ਦੀ ਗਿਣਤੀ ਕਰਨੀ ਸੀ ਉਸ ਵੇਲੇ। ਪਰ ਹਾਂ, ਜਦੋਂ ਬੇਨਤੀ ਕੀਤੀ ਸੀ ਬੀਬੀ ਸ਼ਰਨ ਕੌਰ ਜੀ ਨੇ ਅਤੇ ਬਾਅਦ ਵਿੱਚ ਫੂਲ ਵੰਸ਼ ਦੇ ਸੋ ਵਡੇਰਿਆਂ ਨੇ ਉਹਨਾਂ ਨੂੰ ਆਪਣੇ ਸਰੀਰਕ ਰੂਪਾਂ ਦੇ ਦਰਸ਼ਨ ਕਰਾ ਦਿੱਤੇ ਸਨ ਸਾਹਿਬਜ਼ਾਦਿਆਂ ਨੇ, ਸੰਸਕਾਰ ਦੀ ਸੇਵਾ ਵੀ ਕੀਤੀ ਸੀ, ਪਰ ਫੱਟਾਂ ਦੀ ਗਿਣਤੀ ਭਲਾ ਉਹੋ ਜਿਹੇ ਭਿਆਨਕ ਸਮੇਂ ਵਿੱਚ ਕਿਸ ਨੇ ਕਰਨੀ ਸੀ? ਇਹ ਤਾਂ ਗੱਲਾਂ ਬਣੀਆਂ ਹੋਈਆਂ ਨੇ, ਸੋ ਇਹਨਾਂ 'ਤੇ ਬਹੁਤਾ ਵਿਸ਼ਵਾਸ ਕਰਨ ਦੀ ਆਪਾਂ ਨੂੰ ਲੋੜ ਨਹੀਂ। ਕੋਈ ਮਹਾਨਤਾ ਨਹੀਂ ਘਟਦੀ ਸ਼ਹਾਦਤ ਦੀ ਕਿ ਕਿੰਨੇ ਫੱਟ ਸਰੀਰ 'ਤੇ ਲੱਗੇ। ਸ਼ਹਾਦਤ ਮਹਾਨ ਹੈ ਅਤੇ ਮਹਾਨ ਹੀ ਰਹਿਣੀ ਹੈ। ਹੁਣ ਦਸਮ ਪਿਤਾ ਜੀ ਆਪ ਸੰਦੇ ਹੀ ਸੱਚਖੰਡ ਗਏ ਨੇ ਕੱਤਕ ਸੁਦੀ ਪੰਚਮੀ ਵਾਲੇ ਦਿਨ। ਜਦੋਂ ਉਹ ਜ਼ੋਰ ਦੀਆਂ ਲਪਟਾਂ ਅੱਗ ਦੀਆਂ ਨਿਕਲੀਆਂ, ਬਾਹਰ ਵੀ ਪ੍ਰਕਾਸ਼ ਹੋਇਆ, ਚਾਨਣ ਹੋਇਆ, ਖਾਲਸਾ ਫਿਰ ਬੜੇ ਵੈਰਾਗ ਦੇ ਵਿੱਚ ਆਇਆ ਸੀ ਅਤੇ ਉਸ ਵਕਤ ਵਿਚਾਰਾਂ ਹੋਣ ਲੱਗੀਆਂ। ਕਈ ਸਿੰਘ ਸ਼ਰਧਾ ਭਾਵਨਾ ਨਿਸ਼ਚਾ ਵਾਲੇ ਜੋ ਸਨ ਉਹ ਸਾਧ ਸੰਗਤ ਜੀ ਇਉਂ ਵਿਚਾਰਾਂ ਕਰਦੇ ਨੇ ਕਿ ਜਿਵੇਂ ਪਹਿਲੇ ਪਾਤਸ਼ਾਹ ਜਿਵੇਂ ਪੰਜਵੇਂ ਪਾਤਸ਼ਾਹ ਸੰਦੇ ਹੀ ਗਏ, ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਵੀ ਸੰਦੇ ਹੀ ਸੱਚਖੰਡ ਨੂੰ ਚਲੇ ਗਏ ਨੇ। ਪਰ ਕੁਝ ਕੁ ਕੱਚੇ ਸਿਦਕ ਵਾਲੇ ਵੀ ਤਾਂ ਹੁੰਦੇ ਨੇ ਨਾ, ਉਹ ਕਹਿਣ ਕਿ ਨਹੀਂ, ਸਤਿਗੁਰੂ ਜੀ ਆਪਣੇ ਸਰੀਰ ਨੂੰ ਇੱਥੇ ਅਗਨ ਭੇਟ ਕਰ ਗਏ ਨੇ, ਆਪ ਜੋਤੀ ਜੋਤ ਸਮਾ ਗਏ ਅਤੇ ਜਿਹੜੀ ਅੱਗ ਬਾਲੀ ਹੈ ਉਸ ਅਗਨ ਵਿੱਚ ਗੁਰੂ ਕਾ ਸਰੀਰ ਅਗਨ ਭੇਟ ਹੋ ਗਿਆ ਹੈ। ਇਉਂ ਇਹ ਬਹਿਸ ਵੀ ਚੱਲਣ ਲੱਗੀ ਅਤੇ ਹੁਣ ਇਹਦਾ ਨਿਬੇੜਾ ਕਿਵੇਂ ਹੋਵੇ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਪੰਥ ਪ੍ਰਕਾਸ਼ ਦੇ ਵਿੱਚ, ਬਿਨ ਸਿਦਕ ਜੋਥੇ ਬੀਚ ਮੈਂ ਤਿੰਨ ਥਾਪ ਕੇ ਮਨ ਇਹ ਹੈ, ਨਹਿ ਮਿਲੇ ਅਸਥੀ ਇਹਾਂ ਸੇ ਜੇ ਗਏ ਗੁਰੂ ਸਨ ਦੇਹ ਹੈ। ਜਿਨ੍ਹਾਂ ਦੇ ਮਨ ਵਿੱਚ ਨਿਸ਼ਚਾ ਪ੍ਰਪੱਕ ਨਹੀਂ ਸੀ ਨਾ, ਜਿਨ੍ਹਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਸਣਦੇ ਹੀ ਸੱਚਖੰਡ ਕਿਵੇਂ ਜਾਇਆ ਜਾ ਸਕਦਾ ਹੈ, ਉਹਨਾਂ ਨੇ ਆਪਣੇ ਮਨਾਂ ਵਿੱਚ ਵਿਚਾਰ ਕੀਤੀ ਕਿ ਚਲੋ ਆਪਾਂ ਅੰਗੀਠਾ ਠੰਡਾ ਹੋਣ ਤੋਂ ਫੋਲ ਕੇ ਵੇਖਦੇ ਹਾਂ। ਜੇ ਸਤਿਗੁਰੂ ਜੀ ਵਾਕਿਆ ਹੀ ਸਣਦੇ ਹੀ ਸੱਚਖੰਡ ਗਏ ਹੋਣਗੇ ਤਾਂ ਇੱਥੋਂ ਸਤਿਗੁਰੂ ਮਹਾਰਾਜ ਦੇ ਸਰੀਰ ਦੇ ਜਿਹੜੇ ਅਸਥ ਨੇ ਉਹ ਨਹੀਂ ਲੱਭਣਗੇ, ਜਾਂ ਜਿਹੜੇ ਸ਼ਸਤਰ ਬਸਤਰ, ਕਿਉਂਕਿ ਪੂਰੇ ਜਿੰਨੇ ਗੁਰੂ ਕੇ ਸ਼ਸਤਰ ਬਸਤਰ ਸੀ ਆਪਣੇ ਸਰੀਰ 'ਤੇ ਸਤਿਗੁਰੂ ਜੀ ਸਜਾ ਕੇ ਗਏ ਸਨ, ਸੋ ਉਹ ਚਿਖਾ ਵਿੱਚ ਨਹੀਂ ਹੋਣੇ ਚਾਹੀਦੇ। ਜੇ ਚਿਖਾ ਵਿੱਚੋਂ ਅਸਥੀਆਂ ਲੱਭ ਗਈਆਂ, ਜੇ ਸ਼ਸਤਰ ਲੱਭ ਗਏ ਤਾਂ ਇਹ ਨਿਸ਼ਚਾ ਕਰ ਲਿਆ ਜਾਵੇਗਾ ਕਿ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਸਰੀਰ ਨੂੰ ਤਿਆਗ ਕੇ ਅਤੇ ਅਗਨੀ ਵਿੱਚ ਗੁਰੂ ਕੇ ਸਰੀਰ ਦਾ ਸੰਸਕਾਰ ਹੋ ਗਿਆ। ਇਹ ਸੋਚ ਫੋਲਿਓ ਤਿੰਨ ਅੰਗੀਠਾ, ਕਰਦ ਲੱਗ ਇੱਕ ਪਾਈਆ, ਨਹਿ ਮਿਲੇ ਅਸਤਰ ਸ਼ਸਤ ਕੋ ਗੁਰੂ ਥੇ ਜੋ ਲਾਈਆ। ਇਹ ਸੋਚ ਕੇ ਅੰਗੀਠਾ ਜਦੋਂ ਫੋਲਿਆ ਗਿਆ ਤਾਂ ਉਹਦੇ ਵਿੱਚੋਂ ਗੁਰੂ ਕੀ ਨਿਸ਼ਾਨੀ ਮਾਤਰ ਇੱਕ ਛੋਟੀ ਜਿਹੀ ਕਿਰਪਾਨ ਲੱਭੀ, ਇੱਕ ਛੋਟੀ ਜਿਹੀ ਕਿਰਪਾਨ। ਜਿਨ੍ਹਾਂ ਨੇ ਸੱਚਖੰਡ ਹਜ਼ੂਰ ਸਾਹਿਬ ਦਰਸ਼ਨ ਦੁਆਰੇ ਕੀਤੇ ਨੇ ਉਹਨਾਂ ਸੰਗਤਾਂ ਨੂੰ ਪਤਾ ਹੈ ਕਿ ਰੋਜ਼ਾਨਾ ਸ਼ਾਮ ਨੂੰ ਜਦੋਂ ਸੋਦਰ ਰਹਿਰਾਜ ਸਾਹਿਬ ਜੀ ਕਾ ਪਾਠ ਹੁੰਦਾ ਹੈ, ਉਪਰੰਤ ਆਰਤੀ ਆਰਤੇ ਦਾ ਕੀਰਤਨ ਹੁੰਦਾ ਹੈ, ਉਹ ਆਰਤੀ ਤੋਂ ਬਾਅਦ ਫਿਰ ਸੰਗਤਾਂ ਸੱਜ ਕੇ ਬੈਠਦੀਆਂ ਨੇ ਅਤੇ ਚਾਰ ਪ੍ਰਮੁੱਖ ਸ਼ਸਤਰਾਂ ਦੇ ਦਰਸ਼ਨ ਪੁਜਾਰੀ ਸਿੰਘ ਜੀ ਸੰਗਤਾਂ ਨੂੰ ਬੋਲ ਕੇ ਉਹਨਾਂ ਦਾ ਇਤਿਹਾਸ ਸੰਖੇਪ ਵਿੱਚ ਦੱਸ ਕੇ ਕਰਾਉਂਦੇ ਨੇ। ਸਭ ਤੋਂ ਪਹਿਲਾਂ ਇੱਕ ਵੱਡਾ ਸਾਰਾ ਚੌੜਾ ਤੇਗਾ ਹੈ, ਉਹਦੇ ਦਰਸ਼ਨ ਕਰਾਏ ਜਾਂਦੇ ਨੇ ਅਤੇ ਨਾਲ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ। ਉਹਦੇ ਤੋਂ ਉਪਰੰਤ ਦੋ ਸ੍ਰੀ ਸਾਹਿਬਾਂ ਨੇ ਗੋਲੀਏ ਦੇ ਰੂਪ ਵਿੱਚ ਉਹਨਾਂ ਦੋਵਾਂ ਸ੍ਰੀ ਸਾਹਿਬਾਂ ਦੇ ਦਰਸ਼ਨ ਕਰਾਏ ਜਾਂਦੇ, ਨਾਲ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਸ੍ਰੀ ਸਾਹਿਬਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਹਨ। ਤੀਜੇ ਨੰਬਰ 'ਤੇ ਇੱਕ ਚੌੜੇ ਫਾਲ ਵਾਲਾ ਤੀਰ, ਉਹਨੂੰ ਖੱਪਰਾ ਤੀਰ ਕਿਹਾ ਜਾਂਦਾ ਹੈ, ਉਹਦੇ ਦਰਸ਼ਨ ਕਰਾ ਕੇ ਨਾਲ ਸੰਗਤਾਂ ਨੂੰ ਇਹ ਦਰਸਾਇਆ ਜਾਂਦਾ ਹੈ ਕਿ ਇਹ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਅਤੇ ਹੁਣ ਚੌਥੇ ਨੰਬਰ 'ਤੇ ਫਿਰ ਇੱਕ ਸੁਨਹਿਰੀ ਡੱਬੀ ਵਿੱਚ ਛੋਟੀ ਜਿਹੀ ਕਿਰਪਾਨ ਹੈ, ਐਵੇਂ ਉਂਗਲ ਭਰ ਉਹਦਾ ਸਾਈਜ਼ ਹੋਵੇਗਾ, ਉਹਦੇ ਦਰਸ਼ਨ ਕਰਾਏ ਜਾਂਦੇ ਨੇ ਅਤੇ ਨਾਲ ਇਹ ਸੰਗਤਾਂ ਨੂੰ ਦੱਸਿਆ ਵੀ ਜਾਂਦਾ ਕਿ ਇਹ ਕਿਰਪਾਨ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਸਾਧ ਸੰਗਤ ਜੀ, ਉਹ ਜਿਹੜੀ ਕਿਰਪਾਨ ਹੈ ਨਾ, ਉਹ ਅੰਗੀਠੇ ਵਿੱਚੋਂ ਉਸ ਵੇਲੇ ਨਿਕਲੀ ਸੀ, ਇਹ ਕਿਰਪਾਨ ਸਤਿਗੁਰਾਂ ਦੇ ਦੁਮਾਲੇ ਵਿੱਚ ਸਜਾਉਣ ਵਾਲੀ ਸੀ।
ਜਿਹੜੇ ਦੁਮਾਲੇ ਵਿੱਚ ਦਸਤਾਰੇ ਵਿੱਚ ਹੋਰ ਵੀ ਸ਼ਸਤਰ ਸਤਿਗੁਰੂ ਜੀ ਸਜਾਉਂਦੇ ਸਨ ਨਾ, ਇਹ ਛੋਟੀ ਜਿਹੀ ਕਿਰਪਾਨ ਵੀ ਆਪਣੇ ਦਸਤਾਰੇ ਵਿੱਚ ਸਤਿਗੁਰੂ ਜੀ ਦਸਤਾਰੇ ਦੇ ਉੱਪਰ ਸਜਾਇਆ ਕਰਦੇ ਸੀ। ਇਹ ਸੋਚ ਫੋਲਿਓ ਤਿੰਨ ਅੰਗੀਠਾ ਕਰਦ ਲੱਗ ਇੱਕ ਪਾਈਆ, ਨਿਸ਼ਾਨੀ ਮਾਤਰ ਕੇਵਲ ਤੇ ਕੇਵਲ ਇੱਕੋ ਹੀ ਉਹ ਛੋਟੀ ਜਿਹੀ ਕਿਰਪਾਨ ਦੇ ਦਰਸ਼ਨ ਹੋਏ ਸੀ। ਨਹਿ ਮਿਲੇ ਸ਼ਸਤਰ ਅਸਥ ਖੋ ਗੁਰੂ ਥੇ ਜੋ ਲਾਈਆ, ਨਾ ਤਾਂ ਸਰੀਰ ਦੇ ਕੋਈ ਅਸਥ ਮਿਲੇ ਤੇ ਨਾ ਹੀ ਹੋਰ ਕੋਈ ਸ਼ਸਤਰ ਮਿਲਿਆ ਜਿਹੜੇ ਸਤਿਗੁਰਾਂ ਨੇ ਆਪਣੇ ਸਰੀਰ ਤੇ ਸ਼ਸਤਰ ਸਜਾਏ ਹੋਏ ਸਨ। ਜਦੋਂ ਇਹ ਕੌਤਕ ਅੱਖੀਂ ਵੇਖ ਲਿਆ, ਪਿਖ ਭਇਓ ਨਿਸ਼ਚਾ ਸਭੀ ਕੋ ਸਨ ਦੇਹ ਗੁਰੂ ਕੇ ਜਾਣ ਕਾ, ਫਿਰ ਕੀਏ ਦੁਸਹਿਰਾ ਭੋਗ ਪਾਇਓ ਗ੍ਰੰਥ ਗੁਰੂ ਮਹਾਨ ਕਾ। ਸਾਰਿਆਂ ਨੂੰ ਨਿਸ਼ਚਾ ਹੋ ਗਿਆ ਕਿ ਵਾਕਿਆ ਹੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ ਦੇਹੀ ਸੱਚਖੰਡ ਗਏ ਹੈ। ਸਹਿਜ ਪਾਠ ਪ੍ਰਾਰੰਭ ਕੀਤੇ ਗਏ ਤੇ ਗੁਰੂ ਕੀ ਬਖਸ਼ਿਸ਼ ਕੀਤੀ ਮਰਜ਼ਾਦਾ ਮੁਤਾਬਕ ਦਸਵੇਂ ਦਿਨ ਤੇ ਭੋਗ ਪਾਏ ਗਏ। ਉੱਧਰ ਕੱਤਕ ਸੁਦੀ ਪੰਚਮੀ ਨੂੰ ਇਹ ਕੌਤਕ ਵਰਤਿਆ ਹੈ ਕਿ ਸਤਿਗੁਰੂ ਜੀ ਸਣ ਦੇ ਹੀ ਸੱਚਖੰਡ ਗਏ ਹੈ। ਉੱਧਰੋਂ ਜਿਹੜਾ ਤਬੇਲੇ ਦਾ ਸੇਵਾਦਾਰ ਉਹ ਵੀ ਦੌੜਾ ਆਇਆ ਤੇ ਆ ਕੇ ਦੱਸਣ ਲੱਗਾ ਕਿ ਖਾਲਸਾ ਜੀ, ਸਤਿਗੁਰੂ ਗਰੀਬ ਨਿਵਾਸ ਜੀ ਕੇ ਪੰਜਾਂ ਘੋੜਿਆਂ ਵਿੱਚੋਂ ਇੱਕ ਘੋੜਾ ਜਿਹੜਾ ਕੁਮੈਤ ਘੋੜਾ ਹੈ ਉਹ ਗਾਇਬ ਹੈ। ਕੁਮੈਤ ਇੱਕ ਨਾਮ ਹੈ ਸਾਧ ਸੰਗਤ ਜੀ ਰੰਗ ਦਾ, ਜਿਹੜਾ ਘੋੜਾ ਭੂਰੇ ਰੰਗ ਦਾ ਹੋਵੇ ਤੇ ਉਹਦੇ ਵਿੱਚੋਂ ਕਾਲੇ ਰੰਗ ਦੀ ਭਾਜ ਹੀ ਪੈਂਦੀ ਹੋਵੇ ਉਹਨੂੰ ਕੁਮੈਤ ਕਿਹਾ ਜਾਂਦਾ ਹੈ। ਉਹ ਗੁਰੂ ਦਾ ਬੜਾ ਕੀਮਤੀ ਘੋੜਾ ਸੀ ਕੁਮੈਤ ਵਰਣ ਦਾ, ਉਹ ਗਾਇਬ। ਇਉਂ ਸਤਿਗੁਰੂ ਗਰੀਬ ਨਿਵਾਸ ਜੀ ਉਸ ਘੋੜੇ ਤੇ ਹੀ ਸਵਾਰ ਹੋ ਕੇ ਘੋੜੇ ਨੂੰ ਵੀ ਸਤਿਗੁਰੂ ਜੀ ਨਾਲ ਹੀ ਆਪਣੇ ਲੈ ਗਏ ਸਨ। ਖਾਲਸਾ ਜੀ ਵਿੱਚ ਬੜਾ ਵੈਰਾਗ ਛਾਇਆ, ਭਾਵੇਂ ਕਿ ਸਤਿਗੁਰੂ ਸਮਝਾ ਵੀ ਗਏ ਸਨ, ਪਰ ਜਦੋਂ ਪ੍ਰੀਤਮ ਪਿਆਰੇ ਸਤਿਗੁਰਾਂ ਦੇ ਸਰੀਰ ਦਾ ਸਦੀਵੀ ਤੌਰ 'ਤੇ ਓਹਲਾ ਹੋ ਗਿਆ, ਵੈਰਾਗ ਤਾਂ ਆਉਣਾ ਹੀ ਆਉਣਾ ਸੀ। ਇੱਕ ਉਦਾਸੀ ਮਹਾਤਮਾ ਰਤਨਦਾਸ, ਉਸ ਨੂੰ ਸਤਿਗੁਰੂ ਜੀ ਦੇ ਨੰਦੇੜ ਤੋਂ ਵਾਰ ਵਾਰ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਸਨ, ਨਾਲ ਕੜਾਹ ਪ੍ਰਸ਼ਾਦ ਦੀ ਦੇਗ ਦਾ ਗੱਫਾ ਵੀ ਬਖਸ਼ਿਆ। ਇਹ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਕੌਤਕ ਹੈ। ਤੇ ਜਾ ਕੇ ਮਹਾਰਾਜ ਨੇ ਕਿਹਾ ਸੀ ਕਿ ਜਾਓ ਜਾ ਕੇ ਖਾਲਸਾ ਜੀ ਨੂੰ ਕਹੋ ਵੈਰਾਗ ਨਾ ਕਰੋ, ਗੁਰੂ ਤੁਹਾਡੇ ਸਦਾ ਹੀ ਅੰਗ ਸੰਗ ਹੈ। ਤੇ ਜਦੋਂ ਇਹ ਸਤਿਗੁਰੂ ਮਹਾਰਾਜ ਦੇ ਇਸ ਅਸਥਾਨ ਤੇ, ਤਖ਼ਤ ਸਾਹਿਬ ਦੇ ਅਸਥਾਨ ਤੇ ਉਹ ਉਦਾਸੀ ਮਹਾਤਮਾ ਜੀ ਪਹੁੰਚੇ, ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਪਤਾ ਲੱਗਾ, ਉਹ ਕੜਾਹ ਪ੍ਰਸ਼ਾਦ ਦਿਖਾ ਕੇ ਇਹ ਬਚਨ ਕਹੇ ਸਨ ਕਿ ਮੈਨੂੰ ਤਾਂ ਸਤਿਗੁਰਾਂ ਨੇ ਪ੍ਰਤੱਖ ਦਰਸ਼ਨ ਦੇ ਕੇ ਇਹ ਸੁਨੇਹਾ ਦਿੱਤਾ ਕਿ ਖਾਲਸਾ ਜੀ ਨੂੰ ਕਹੋ ਕਿ ਵੈਰਾਗ ਨਾ ਕਰਨ, ਗੁਰੂ ਸਦਾ ਤੁਹਾਡੇ ਅੰਗ ਸੰਗ ਹੈ। ਇਹ ਬਚਨ ਸੁਣ ਕੇ ਖਾਲਸਾ ਜੀ ਕੇ ਮਨਾਂ ਨੂੰ ਧੀਰਜ ਆਈ ਸੀ ਕਿ ਸਤਿਗੁਰੂ ਜੀ ਨੇ ਕੇਵਲ ਸਰੀਰ ਦਾ ਹੀ ਓਹਲਾ ਕੀਤਾ ਹੈ, ਉਸ ਤਰ੍ਹਾਂ ਤਾਂ ਸਤਿਗੁਰ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮਹਿਰਾ ਆ ਸਮਾਏ। ਮੇਰੇ ਸਤਿਗੁਰੂ ਜੀ ਆਉਣ ਜਾਣ ਵਾਲੇ ਨਹੀਂ, ਇਹ ਨਹੀਂ ਕਿ ਜਨਮ ਲੈ ਕੇ ਆਏ ਤੇ ਸਰੀਰ ਦੀ ਮੌਤ ਹੋ ਗਈ ਚਲੇ ਗਏ, ਨਹੀਂ, ਜਨਮ ਮਰਨ ਵਿੱਚ ਨਹੀਂ। ਸਤਿਗੁਰੂ ਗਰੀਬ ਨਿਵਾਸ ਜੀ ਤਾਂ ਆਪਣੇ ਕੌਤਕਾਂ ਵਾਸਤੇ ਸਾਨੂੰ ਸਿੱਧੇ ਰਾਹੇ ਪਾਉਣ ਲਈ ਨਿਰਾਕਾਰ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਕਾਰ ਰੂਪ ਧਾਰਨ ਕੀਤੇ ਤੇ ਇਉਂ ਸਾਨੂੰ ਸ਼ੁਭ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਉਸ ਸਰਗੁਣ ਸਰੂਪ ਦਾ ਓਹਲਾ ਕਰਕੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਗਏ। ਸਤਿਗੁਰ ਜਾਗਤਾ ਹੈ ਦੇਓ, ਸਤਿਗੁਰੂ ਜੀ ਤਾਂ ਸਦਾ ਕਾਇਮ ਮੁਕਾਮ ਨੇ, ਸਤਿਗੁਰੂ ਜੀ ਤਾਂ ਸਦਾ ਹੀ ਆਪਣੇ ਖਾਲਸੇ ਦੇ ਅੰਗ ਸੰਗ ਨੇ, ਸਤਿਗੁਰੂ ਜੀ ਤਾਂ ਸਦ ਜੀਵਤ ਨੇ। ਸੋ ਕੌਣ ਕਹੇ ਸ੍ਰੀ ਗੁਰਮੋਇਓ, ਕੌਣ ਕਹਿ ਸਕਦਾ ਹੈ ਕਿ ਸਤਿਗੁਰੂ ਜੀ ਦਾ ਅਕਾਲ ਚਲਾਣਾ ਹੋ ਗਿਆ, ਮੌਤ ਹੋ ਗਈ? ਨਹੀਂ, ਕਦੇ ਵੀ ਨਹੀਂ। ਸੋ ਇਸ ਪ੍ਰਕਾਰ ਕੱਤਕ ਸੁਦੀ ਪੰਚਮੀ ਸੰਮਤ 1765 ਬਿਕਰਮੀ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਹੈ ਔਰ ਸਮੁੱਚੇ ਖਾਲਸੇ ਨੂੰ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਲੜ ਲਗਾਇਆ। ਸਾਧ ਸੰਗਤ ਜੀ, ਮੈਂ ਆਮ ਹੀ ਇਹ ਬੇਨਤੀ ਗੁਰਮਤ ਸਮਾਗਮਾਂ ਦੇ ਵਿੱਚ ਕਰਦਾ ਕਿ 10 ਗੁਰੂ ਸਾਹਿਬਾਨ ਸਰੀਰਕ ਜਾਮੇ ਧਾਰਨ ਕਰਕੇ ਜਗਤ ਵਿੱਚ ਪ੍ਰਗਟ ਹੋਏ ਤੇ ਇਉਂ 10 ਸਰੀਰਕ ਜਾਮਿਆਂ ਦੇ ਅਵਤਾਰ ਦਿਹਾੜੇ ਗੁਰਤਾ ਗੱਦੀ ਦਿਵਸ ਤੇ ਜੋਤੀ ਜੋਤ ਦਿਵਸ ਇਹ ਸਾਲ ਵਿੱਚ 29 ਦਿਨ ਬਣਦੇ ਨੇ, 29 ਦਿਨ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਕੋਈ ਵੱਖਰਾ ਨਹੀਂ, ਉਹ ਧੁਰੋਂ ਹੀ ਗੁਰਤਾ ਦੀ ਦਾਤ ਲੈ ਕੇ ਆਏ ਨੇ ਤੇ ਇਹਦੇ ਵਿੱਚ 2 ਦਿਹਾੜੇ ਐਸੇ ਵੀ ਨੇ ਜਿਹੜੇ ਇੱਕੋ ਦਿਨ ਹੀ ਆਉਂਦੇ ਨੇ, 7ਵੇਂ ਪਾਤਸ਼ਾਹੀ ਦਾ ਜੋਤੀ ਜੋਤ ਦਿਵਸ ਤੇ 8ਵੇਂ ਪਾਤਸ਼ਾਹੀ ਦਾ ਗੁਰਤਾ ਗੱਦੀ ਦਿਵਸ, ਇਹ ਇੱਕੋ ਦਿਨ ਹੀ ਹੁੰਦੇ ਨੇ ਕਿਉਂਕਿ ਉਸੇ ਦਿਨ ਹੀ ਅਗਲੇ ਸਰੂਪ ਨੂੰ ਗੁਰਤਾ ਗੱਦੀ ਬਖਸ਼ੀ, ਉਸੇ ਦਿਨ ਹੀ ਮਹਾਰਾਜ ਜੋਤੀ ਜੋਤ ਸਮਾਏ। ਇਸੇ ਤਰ੍ਹਾਂ 8ਵੇਂ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਤੇ 9ਵੇਂ ਪਾਤਸ਼ਾਹੀ ਦਾ ਗੁਰਤਾ ਗੱਦੀ ਦਿਵਸ, ਉਹ ਵੀ ਇੱਕੋ ਦਿਨ ਹੁੰਦਾ ਹੈ।
ਇਉਂ ਕੁੱਲ ਮਿਲਾ ਕੇ ਇਹ ਜਿੰਨੇ ਵੀ ਗੁਰਪੁਰਬ ਨੇ ਆਪਾਂ ਸਾਲ ਭਰ ਵਿੱਚ ਮਨਾਉਂਦੇ ਹੈ, ਗੁਰੂ ਕੇ ਪ੍ਰਕਾਸ਼ ਦਿਹਾੜੇ, ਗੁਰੂ ਕੇ ਗੁਰਤਾ ਗੱਦੀ ਦਿਵਸ, ਗੁਰੂ ਕੇ ਜੋਤੀ ਜੋਤ ਦਿਵਸ, ਇਹਨਾਂ ਤੋਂ ਇਲਾਵਾ ਹੋਰ ਵੀ ਦਿਹਾੜੇ ਨੇ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਦਾ, ਸਤਿਗੁਰੂ ਅਰਜਨ ਦੇਵ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਪੁਰਬ ਵੀ ਸੰਗਤਾਂ ਉਤਸ਼ਾਹ ਨਾਲ ਮਨਾਉਂਦੀਆਂ। ਆਪਣੇ ਨਜ਼ਦੀਕ ਬਟਾਲੇ ਦੀ ਧਰਤੀ 'ਤੇ ਸਤਿਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। ਫਿਲੌਰ ਦੇ ਨੇੜੇ ਮਾਓ ਸਾਹਿਬ ਵਿਖੇ ਪੰਜਵੇਂ ਪਾਤਸ਼ਾਹ ਦਾ ਵਿਆਹ ਪੁਰਬ ਅਤੇ ਗੁਰੂ ਕੇ ਲਾਹੌਰ ਦੀ ਧਰਤੀ 'ਤੇ ਦਸਵੇਂ ਪਾਤਸ਼ਾਹ ਦਾ ਵਿਆਹ ਪੁਰਬ ਵੀ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਗੁਰ ਇਤਿਹਾਸ ਨਾਲ ਹੋਰ ਸੰਬੰਧਿਤ ਦਿਹਾੜੇ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦਾ ਸਿਰਜਣਾ ਦਿਵਸ ਹੈ, ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ, ਛੇਵੇਂ ਪਾਤਸ਼ਾਹ ਜੀ ਦੇ ਕੌਤਕ, ਪੰਜਵੇਂ ਪਾਤਸ਼ਾਹ ਜੀ ਦੇ ਕੌਤਕ, ਦਸਵੇਂ ਪਾਤਸ਼ਾਹ ਜੀ ਕੀ ਮਹਾਨ ਬਖਸ਼ਿਸ਼ ਵਿਸਾਖੀ ਦਾ ਦਿਹਾੜਾ, ਖਾਲਸਾ ਪੰਥ ਦਾ ਸਿਰਜਣਾ ਦਿਵਸ। ਸੋ ਇਹ ਵੀ ਦਿਹਾੜੇ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ। ਦੋ ਦਿਹਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਨੇ, ਇੱਕ ਪਹਿਲਾ ਪ੍ਰਕਾਸ਼ ਦਿਹਾੜਾ ਭਾਦਰੋਂ ਸੁਦੀ ਏਕਮ ਅਤੇ ਇੱਕ ਕੱਤਕ ਸੁਦੀ ਦੂਜ ਗੁਰਤਾ ਗੱਦੀ ਦਿਵਸ ਜੋ ਆਪਾਂ ਪਰਸੋਂ ਮਨਾਇਆ ਹੈ। ਇਹਦੇ ਤੋਂ ਇਲਾਵਾ ਕੌਮ ਦੀਆਂ ਮਹਾਨ ਹਸਤੀਆਂ, ਬ੍ਰਹਮ ਗਿਆਨੀ ਗੁਰਮੁਖ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਹੋਰ ਇਸੇ ਤਰ੍ਹਾਂ ਅਨੇਕਾਂ ਗੁਰਸਿੱਖ ਪਿਆਰੇ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗੇ ਸ਼ਹੀਦ, ਭਾਈ ਤਾਰੂ ਸਿੰਘ ਜੀ ਵਰਗੇ ਸ਼ਹੀਦ। ਸੋ ਇਉਂ ਥਾਵਾਂ ਥਾਵਾਂ 'ਤੇ ਇਹ ਬੇਅੰਤ ਦਿਹਾੜੇ ਸੰਗਤਾਂ ਮਨਾਉਂਦੀਆਂ ਹੈ। ਜਦੋਂ ਵੀ ਆਪਾਂ ਭਾਵੇਂ ਗੁਰਪੁਰਬ ਮਨਾਈਏ, ਭਾਵੇਂ ਕੌਮੀ ਮਹਾਂਪੁਰਖਾਂ, ਕੌਮੀ ਸ਼ਹੀਦਾਂ ਦੀ ਯਾਦ ਵਿੱਚ ਦਿਹਾੜੇ ਮਨਾਈਏ, ਇਹ ਜ਼ਰੂਰ ਸਾਡਾ ਵਿਚਾਰ ਕਰਨਾ ਬਣਦਾ ਕਿ ਜਿਸ ਮਹਾਨ ਸ਼ਖਸੀਅਤ ਦੇ ਨਾਲ ਸੰਬੰਧਿਤ ਮਹਾਨ ਦਿਹਾੜਾ ਆਪਾਂ ਮਨਾ ਰਹੇ ਹਾਂ, ਤਿੰਨ ਪੱਖ ਵਿਚਾਰਨੇ ਬਣਦੇ ਨੇ ਕਿ ਇੱਕ ਉਹਨਾਂ ਦੀ ਆਪਣੀ ਸ਼ਖਸੀਅਤ ਕੈਸੀ ਹੈ, ਉਹਨਾਂ ਵਿੱਚ ਕੈਸੇ ਗੁਣ ਨੇ, ਉਹਨਾਂ ਵਿੱਚ ਕੀ ਵਿਸ਼ੇਸ਼ਤਾਵਾਂ ਹਨ ਕਿ ਆਪਾਂ ਉਹਨਾਂ ਨੂੰ ਚੇਤੇ ਕਰਦੇ ਹਾਂ, ਯਾਦ ਕਰਦੇ ਹਾਂ। ਦੂਸਰਾ, ਉਹਨਾਂ ਦੀ ਸਮਾਜ ਨੂੰ ਦੇਣ ਕੀ ਹੈ, ਆਮ ਲੋਕਾਂ ਨੂੰ, ਮਨੁੱਖਤਾ ਨੂੰ ਉਹਨਾਂ ਦੀ ਕੀ ਦੇਣ ਹੈ, ਉਹਨਾਂ ਦੇ ਕੀ ਪਰ ਉਪਕਾਰ ਨੇ। ਅਤੇ ਤੀਸਰਾ, ਸਭ ਨਾਲੋਂ ਅਹਿਮ ਹੈ ਕਿ ਉਹਨਾਂ ਦੀ ਸਾਨੂੰ ਸਿੱਖਿਆ ਕੀ ਹੈ, ਉਹਨਾਂ ਨੇ ਸਾਨੂੰ ਉਪਦੇਸ਼ ਕੀ ਦਿੱਤਾ ਹੈ। ਇਹ ਜ਼ਰੂਰ ਵਿਚਾਰਾਂ ਕਰਨੀਆਂ ਚਾਹੀਦੀਆਂ। ਜੇ ਆਪਾਂ ਨਹੀਂ ਕਰਦੇ ਤਾਂ ਇਹਦਾ ਕੋਈ ਸਾਨੂੰ ਕੋਈ ਬਹੁਤਾ ਲਾਭ ਨਹੀਂ, ਬਹੁਤਾ ਫਾਇਦਾ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਫਾਇਦਾ ਨਹੀਂ, ਕਈ ਸਾਡੇ ਵੀਰ ਇੱਦਾਂ ਵੀ ਕਹਿ ਦਿੰਦੇ ਹੈ, ਪਰ ਨਹੀਂ, ਮੇਰੇ ਸਤਿਗੁਰੂ ਜੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਜਿੰਨੀ ਕੁ ਘਾਲ ਕਮਾਈ ਕੋਈ ਕਰਦਾ ਹੈ ਨਾ ਮੇਰੇ ਮਹਾਰਾਜ ਜੀ, ਉਹਨੂੰ ਖਾਲੀ ਨਹੀਂ ਜਾਣ ਦਿੰਦੇ, ਉਹ ਵਿਅਰਥ ਨਹੀਂ ਗਵਾਉਂਦੇ, ਉਹਨਾਂ ਕੁ ਫਲ ਬਖਸ਼ਿਸ਼ ਜ਼ਰੂਰ ਬਰ ਜ਼ਰੂਰ ਕਰਦੇ ਹੈ। ਪਰ ਜੇ ਪੂਰਨ ਆਪਾਂ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਦੀ ਹੈ ਤਾਂ ਸਾਡਾ ਫਰਜ਼ ਬਣ ਆਉਂਦਾ ਕਿ ਸਤਿਗੁਰੂ ਜੀ ਕਾ ਸੰਦੇਸ਼, ਗੁਰੂ ਕਾ ਆਦੇਸ਼, ਗੁਰੂ ਕਾ ਉਪਦੇਸ਼, ਇਹ ਆਪਾਂ ਸੁਣੀਏ, ਸਮਝੀਏ, ਵਿਚਾਰੀਏ ਅਤੇ ਇਹਦੇ ਧਾਰਨੀ ਬਣੀਏ, ਇਹਦੇ ਉੱਪਰ ਚੱਲੀਏ, ਤਾਂ ਪੂਰਨ ਕਿਰਪਾ ਹੋਵੇਗੀ। ਨਹੀਂ ਤਾਂ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੱਜ ਜੋਤੀ ਜੋਤ ਦਿਵਸ ਆਪਾਂ ਮਨਾ ਰਹੇ ਹਾਂ। ਗੁਰੂ ਕੀ ਸ਼ਖਸੀਅਤ ਬਾਰੇ ਆਪਾਂ ਵਿਚਾਰ ਕੀਤੀ, ਜੇ ਆਪਾਂ ਸ਼ਖਸੀਅਤ ਨੂੰ ਵਿਚਾਰਨ ਲੱਗੀਏ ਸਾਧ ਸੰਗਤ ਜੀ, ਨਹੀਂ ਵਿਚਾਰੀ ਜਾ ਸਕਦੀ, ਨਹੀਂ ਅੰਤ ਪਾਇਆ ਜਾ ਸਕਦਾ। ਪਰ ਜਿਵੇਂ ਇੱਕ ਮੱਛੀ ਸਮੁੰਦਰ ਵਿੱਚ ਰਹਿੰਦਿਆਂ ਹੋਇਆਂ ਸਮੁੰਦਰ ਦੀ ਡੂੰਘਾਈ ਨੂੰ ਤਾਂ ਨਹੀਂ ਨਾ ਮਾਪ ਸਕਦੀ, ਕਿੰਨਾ ਲੰਮਾ ਚੌੜਾ ਹੈ ਸਮੁੰਦਰ, ਕਿੰਨਾ ਉਹਦੇ ਵਿੱਚ ਪਾਣੀ ਹੈ, ਕੀ ਕੁਝ ਉਹਦੇ ਵਿੱਚ ਮੌਜੂਦ ਹੈ, ਇਹ ਅੰਤ ਲੈਣਾ ਮੱਛੀ ਦੇ ਵੱਸ ਦੀ ਗੱਲ ਤਾਂ ਹੈ ਨਹੀਂ। ਪਰ ਉਹਦੇ ਫੇਫੜਿਆਂ ਵਿੱਚ ਜਿੰਨੀ ਕੁ ਤਾਕਤ ਪਰਮਾਤਮਾ ਨੇ ਬਖਸ਼ੀ, ਉਹਨਾਂ ਉਹ ਤਾਰੀਆਂ ਲਾ ਲਾ ਕੇ ਆਨੰਦ ਮਾਣਦੀ ਰਹਿੰਦੀ ਹੈ। ਪੰਛੀ ਉੱਡਦਾ ਹੈ ਆਕਾਸ਼ ਵਿੱਚ, ਆਕਾਸ਼ ਦਾ ਅੰਤ ਪੰਛੀ ਲੈ ਨਹੀਂ ਸਕਦਾ, ਪਰ ਜਿੰਨੀ ਉਹਦੇ ਖੰਭਾਂ ਵਿੱਚ ਤਾਕਤ ਪਰਮਾਤਮਾ ਨੇ ਦਿੱਤੀ ਹੈ, ਉਹ ਪ੍ਰਵਾਜ਼ ਭਰ ਕੇ ਉਡਾਰੀਆਂ ਮਾਰ ਮਾਰ ਕੇ ਆਨੰਦ ਮਾਣਦਾ ਹੈ। ਗੁਰੂ ਕੇ ਗੁਣ, ਗੁਰੂ ਕੀ ਸ਼ਖਸੀਅਤ, ਗੁਰੂ ਕੇ ਪਰ ਉਪਕਾਰ, ਸਾਧ ਸੰਗਤ ਜੀ, ਆਪਾਂ ਕਦੇ ਵੀ ਅੰਤ ਨਹੀਂ ਲੈ ਸਕਦੇ। ਜਿੰਨੀ ਕੁ ਮਤ ਬੁੱਧ ਸਾਨੂੰ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ, ਉਨੀ ਕੁ ਸਿਫਤ ਸਲਾਹ ਕਰਕੇ ਅਤੇ ਸੁਣ ਕੇ ਆਪਾਂ ਆਨੰਦ ਜ਼ਰੂਰ ਪ੍ਰਾਪਤ ਕਰ ਸਕਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਦੁੱਤੀ ਸ਼ਖਸੀਅਤ, ਉਹਦੇ ਬਾਰੇ ਇੱਕ ਮਹਾਤਮਾ ਜਨ ਨੇ ਬੜਾ ਸੁੰਦਰ ਬਚਨ ਲਿਖੇ ਹੈ। ਸਾਧ ਸੰਗਤ ਜੀ, ਦੋ ਵਿਚਾਰਧਾਰਾ ਸੰਸਾਰ 'ਤੇ ਚੱਲਦੀਆਂ ਆਈਆਂ, ਜਿਹਨੂੰ ਸਿੱਧੇ ਲਫਜ਼ਾਂ ਵਿੱਚ ਕਹਿ ਲਈਏ ਇੱਕ ਗਰਮ ਅਤੇ ਇੱਕ ਨਰਮ। ਨਰਮ ਵਿਚਾਰਧਾਰਾ ਸ਼ਾਂਤ ਰਸ ਦੀ ਹੈ, ਗਰਮ ਵਿਚਾਰਧਾਰਾ ਵੀਰ ਰਸ ਦੀ ਹੈ।
ਜਿਹੜੇ ਵੀਰ ਰਸੀ ਹੋਏ ਉਹਨਾਂ ਦੇ ਨੇੜੇ ਸ਼ਾਂਤ ਰਸ ਨਹੀਂ ਆਇਆ, ਜਿਹੜੇ ਸ਼ਾਂਤ ਰਸ ਵਾਲੇ ਹੋਏ ਉਹ ਵੀਰ ਰਸ ਤੋਂ ਵਾਂਝੇ ਰਹੇ। ਪਰ ਗੁਰੂ ਘਰ ਵਿੱਚ ਇਹ ਦੋਵੇਂ ਧਾਰਾ ਬਰਾਬਰ ਚੱਲਦੀਆਂ ਨੇ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੋਵਾਂ ਵਿਚਾਰਧਾਰਾਂ ਦਾ ਮੇਲ ਕੀਤਾ, ਦੋਵਾਂ ਦਾ ਜੋੜ ਪਾਇਆ। ਗੁਰਸਿੱਖੀ ਦਾ ਜਿਹੜਾ ਪ੍ਰਮੁੱਖ ਆਸ਼ਾ ਹੈ ਉਹ ਸ਼ਾਂਤ ਰਸ ਦਾ ਹੈ। ਤਪਦਿਆਂ ਹੋਇਆਂ ਹਿਰਦਿਆਂ ਨੂੰ ਸ਼ਾਂਤੀ ਵਰਤਾਉਣੀ, ਠੰਡਕ ਵਰਤਾਉਣੀ। ਸਾਡੇ ਮਨ ਭਟਕਦੇ ਨੇ, ਦੁੱਖਾਂ ਵਿੱਚ ਬਹੁਤ ਜ਼ਿਆਦਾ ਸੜਦੇ ਬਲਦੇ ਨੇ, ਜਲਦੇ ਨੇ। ਨਾਮ ਰਸ ਦੇ ਰਾਹੀਂ ਸ਼ਾਂਤੀ ਵਰਤਾਉਣੀ ਇਹ ਗੁਰੂ ਘਰ ਦਾ ਆਸ਼ਾ ਹੈ ਅਤੇ ਬੇਅੰਤ ਜੀਵਾਂ ਨੂੰ ਸ਼ਾਂਤੀ ਵਰਤਾਈ। ਪਰ ਜਦ ਗੁਰੂ ਘਰ ਦੇ ਸ਼ਾਂਤ ਰਸ ਦੇ ਚੱਲਦੇ ਅਡੋਲ ਅਤੇ ਅਟੁੱਟ ਪ੍ਰਵਾਹ ਦੇ ਵਿੱਚ ਈਰਖਾਵਾਦੀ ਲੋਕਾਂ ਵੱਲੋਂ ਔਰ ਸਮੇਂ ਦੀਆਂ ਹਕੂਮਤਾਂ ਵੱਲੋਂ ਵਿਘਨ ਪਾਉਣ ਦਾ ਯਤਨ ਕੀਤਾ ਗਿਆ, ਤਾਂ ਸ਼ਾਂਤ ਰਸ ਦੀ ਰਾਖੀ ਦੇ ਵਾਸਤੇ ਸਤਿਗੁਰੂ ਜੀ ਨੇ ਕੌਮ ਵਿੱਚ ਵੀਰ ਰਸ ਲੈ ਕੇ ਆਂਦਾ। ਪੰਜਵੇਂ ਪਾਤਸ਼ਾਹ ਸ਼ਾਂਤੀ ਰਸ ਦੇ ਮਹਾਨ ਸੋਮੇ ਹਨ, ਸ਼ਹਾਦਤ ਹੋਈ। ਛੇਵੇਂ ਪਾਤਸ਼ਾਹ ਨੇ ਵੀਰ ਰਸ ਨੂੰ ਕਾਇਮ ਕੀਤਾ। ਸ਼ਾਂਤ ਰਸ ਦੇ ਸਭ ਤੋਂ ਵੱਡੇ ਮਹਾਨ ਅਧਿਆਤਮਿਕ ਸੋਮੇ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਸਨਮੁਖ ਵੀਰ ਰਸ ਦਾ ਸਭ ਤੋਂ ਵੱਡਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ ਸਤਿਗੁਰੂ ਜੀ ਨੇ ਸਿਰਜਿਆ। ਮਾਲਾ ਅਤੇ ਤਲਵਾਰ ਦਾ ਜੋੜ ਪਾਇਆ, ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕੀਤਾ, ਮੀਰੀ ਔਰ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ। ਇਸੇ ਸਿਧਾਂਤ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਚੱਲਦੇ ਹੈ ਅਤੇ ਆਪਣੇ ਖਾਲਸੇ ਨੂੰ ਵੀ ਸਤਿਗੁਰਾਂ ਨੇ ਤੋਰਿਆ। ਕੀ ਬਚਨ ਹੈ ਮਹਾਂਪੁਰਖਾਂ ਦਾ, ਕਹਿੰਦੇ ਕਿ ਦੇਖੋ ਸ਼ਾਂਤ ਰਸ ਤੇ ਵੀਰ ਰਸ ਕੈਸੇ ਅਸਚਰਜ ਰੂਪ ਵਿੱਚ ਗੁਰੂ ਘਰ ਵਿੱਚ ਵਰਤਦੇ ਨੇ ਅਤੇ ਗੁਰੂ ਕੀ ਸ਼ਖਸੀਅਤ ਕੈਸਾ ਨਿਆਂ ਇਹਨਾਂ ਦੋਵਾਂ ਪੱਖਾਂ ਨਾਲ ਕਰਦੀ ਹੈ। ਲੈ ਕਰ ਦੁਤਾਰਾ ਗਾਵੈ ਸੰਗਤ ਮੈਂ ਵਾਰ ਆਸਾ, ਪਕੜ ਦੁਤਾਰਾ ਵਾਹੈ ਸੱਤਰ ਸਿਰ ਆਰਾ ਹੈ, ਕੜਛਾ ਲੈ ਹਾਥ ਵਰਤਾਵਤ ਅਤੁੱਟ ਦੇਗ, ਕਠਨ ਕੁਦੰਦ ਵਾਣ ਵੇਦ ਕਰੇ ਪਾਰਾ ਹੈ, ਤਤ ਗਿਆਨ ਭਗਤ ਔ ਪ੍ਰੇਮ ਕੀ ਸੁਣਾਵੈ ਕਥਾ, ਚੜ ਕੈ ਤੁਰੰਗ ਜੰਗ ਦੇਵੈ ਲਲਕਾਰਾ ਹੈ, ਤਤ ਗਿਆਨੀ ਦਾਨੀ ਯੋਧਾ ਗ੍ਰਹਿ ਤਿਆਗੀ ਗੁਰੂ ਚੇਲਾ, ਵਾਹ ਵਾਹ ਧੰਨ ਧੰਨ ਜਨਕ ਹਮਾਰਾ ਹੈ। ਸੋ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦਪੁਰ ਸਾਹਿਬ ਦੀਵਾਨ ਸੱਜ ਰਹੇ ਹੈ। ਮਨਾਂ ਦੀ ਸ਼ਾਂਤੀ ਪ੍ਰਾਪਤ ਕਰਨ ਲਈ, ਸ਼ਾਂਤ ਰਸ ਨੂੰ ਪ੍ਰਾਪਤ ਕਰਨ ਵਾਸਤੇ ਬੇਅੰਤ ਸ਼ਰਧਾਲੂ ਸੰਗਤਾਂ ਗੁਰੂ ਕੀ ਹਜ਼ੂਰੀ ਵਿੱਚ ਪਹੁੰਚਦੀਆਂ, ਤਾਂ ਸ਼ਾਂਤ ਰਸ ਦੇ ਖੁੱਲ੍ਹੇ ਛਾਂਦੇ ਵਰਤਾਉਂਦਿਆਂ ਲੈ ਕਰ ਦੁਤਾਰਾ ਗਾਵੈ ਸੰਗਤ ਮੈਂ ਵਾਰ ਆਸਾ। ਮੇਰੇ ਕਲਗੀਧਰ ਪਾਤਸ਼ਾਹ ਜੀ ਦੁਤਾਰਾ ਸਾਜ ਲੈ ਕੇ ਆਪ ਅੰਮ੍ਰਿਤ ਰੂਪ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ, ਅਥਵਾ ਰਾਗੀ ਸਿੰਘ ਕੀਰਤਨ ਕਰਦੇ ਨੇ ਅਤੇ ਸੰਗਤਾਂ ਵਿੱਚ ਸੁਭਾਏਮਾਨ ਸਤਿਗੁਰੂ ਜੀ ਸੁਣਦੇ ਨੇ। ਤਾਨਪੁਰੇ ਦੇ ਨਾਲ ਕੀਰਤਨ ਕਰਨ ਦਾ ਵਰਣਨ ਆਉਂਦਾ ਦਸਵੇਂ ਪਾਤਸ਼ਾਹ ਜੀ ਦਾ ਕਿ ਆਪ ਕੀਰਤਨ ਤਾਨਪੁਰੇ ਨਾਲ ਕਰਿਆ ਕਰਦੇ ਸੀ। ਸੋ ਇਸ ਪ੍ਰਕਾਰ ਸਾਜ ਲੈ ਕੇ ਸਤਿਗੁਰੂ ਜੀ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਸੁਣਾਉਂਦੇ ਹੈ ਅਤੇ ਜਦੋਂ ਗੁਰੂ ਜੀ ਕੀਰਤਨ ਕਰਦੇ ਆ ਤਾਂ ਭਟਕਦੇ ਹਿਰਦਿਆਂ ਨੂੰ ਇੱਕਦਮ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਪਰ ਇਸ ਸ਼ਾਂਤ ਰਸ ਵਿੱਚ ਵਿਘਨ ਪਾਉਣ ਵਾਸਤੇ ਜਦੋਂ ਸ਼ਰਧਾਲੂਆਂ ਦੀ ਜਗ੍ਹਾ ਈਰਖਾਲੂ ਚੜ ਕੇ ਆਉਂਦੇ ਨੇ ਤਾਂ ਪਕੜ ਦੁਤਾਰਾ ਵਾਹੈ ਸੱਤਰ ਸਿਰ ਆਰਾ ਹੈ। ਸ਼ਾਂਤ ਰਸ ਵਰਤਾਉਂਦਿਆਂ ਹੱਥ ਵਿੱਚ ਦੁਤਾਰਾ ਸੀ, ਸਾਜ ਸੀ, ਅਤੇ ਹੁਣ ਜਦੋਂ ਮਨੁੱਖਤਾ ਦੇ ਧਰਮ ਦੇ ਦੁਸ਼ਮਣ ਚੜ ਆਏ, ਦੁਤਾਰਾ ਰੱਖਿਆ ਪਾਸੇ ਅਤੇ ਹੱਥ ਵਿੱਚ ਫੜ ਲਿਆ ਦੁਤਾਰਾ, ਦੁਤਾਰਾ ਖੰਡਾ, ਅਤੇ ਮਹਾਰਾਜ ਫਿਰ ਉਹ ਵੈਰੀਆਂ ਦੇ ਦਲ ਤੇ ਇਉਂ ਵਾਉਂਦੇ ਨੇ ਜਿਵੇਂ ਲੱਕੜ ਤੇ ਆਰਾ ਫਿਰਦਾ ਹੈ। ਇਹ ਗੁਰੂ ਕੀ ਬਹੁਪੱਖੀ ਸ਼ਖਸੀਅਤ ਹੈ। ਕੜਛਾ ਲੈ ਹਾਥ ਵਰਤਾਵਤ ਅਤੁੱਟ ਦੇਗ, ਜਦੋਂ ਸ਼ਾਂਤ ਰਸ ਦੇ ਗ੍ਰਾਹਕ ਸ਼ਰਧਾਲੂ ਆਏ ਨੇ, ਭਾਵੇਂ ਗੁਰਸਿੱਖ ਨੇ ਭਾਵੇਂ ਕੋਈ ਹੋਰ, ਇੱਕ ਰਸ ਲੰਗਰ ਵਰਤਦਾ ਹੈ ਆਨੰਦਪੁਰ ਸਾਹਿਬ ਵਿਖੇ, ਤੇ ਆਪਣੇ ਹੱਥ ਵਿੱਚ ਕੜਛਾ ਲੈ ਕੇ ਅਤੁੱਟ ਦੇਗ ਕਲਗੀਧਰ ਪਾਤਸ਼ਾਹ ਜੀ ਵਰਤਾਉਂਦੇ ਨੇ। ਪਰ ਜਦੋਂ ਗੁਰੂ ਕੇ ਚੱਲਦੇ ਲੰਗਰਾਂ ਤੇ ਸ਼ਾਂਤ ਰਸ ਵਿੱਚ ਰੁਕਾਵਟ ਪਾਉਣ ਦੇ ਯਤਨ ਦੇ ਨਾਲ ਕੋਈ ਪਹਾੜੀ ਰਾਜੇ ਜਾਂ ਮੁਗਲ ਚੜ ਕੇ ਆਉਂਦੇ ਨੇ ਤਾਂ ਕਠਨ ਕੁਦੰਡ ਵਾਣ ਵੇਦ ਕਰੇ ਪਾਰਾ ਹੈ। ਸ਼ਰਧਾਲੂ ਆਏ, ਪ੍ਰੇਮੀ ਆਏ, ਲੋੜਵੰਦ ਆਏ, ਉਹਨਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਲੰਗਰ ਵਰਤਾਇਆ, ਦਾਲ ਪ੍ਰਸ਼ਾਦਾ ਵਰਤਾਇਆ, ਪੱਕੇ ਭੋਜਨ ਵਰਤਾਏ, ਅਤੇ ਜਦੋਂ ਦੁਸ਼ਮਣ ਚੜ ਕੇ ਆ ਗਏ, ਮਹਾਰਾਜ ਨੇ ਆਪਣੇ ਕਮਾਨ ਵਿੱਚੋਂ ਤੀਰ ਛੱਡ ਕੇ ਤੀਰਾਂ ਦਾ ਲੰਗਰ ਲਗਾ ਦਿੱਤਾ, ਉਹਨਾਂ ਦੀ ਤੀਰ ਵਗਾਏ, ਅਤੇ ਇੱਕ ਇੱਕ ਤੀਰ ਅਣਗਿਣਤ ਅਗਿਣਤ ਵੈਰੀਆਂ ਨੂੰ ਵਿੰਨਦਾ ਹੋਇਆ ਪਾਰ ਨਿਕਲ ਜਾਂਦਾ ਹੈ। ਇਹ ਸਤਿਗੁਰੂ ਮਹਾਰਾਜ ਦੀ ਸ਼ਖਸੀਅਤ ਹਰ ਪੱਖ ਤੋਂ ਹੀ ਸੰਪੂਰਨ ਹੈ। ਤਤ ਗਿਆਨ ਪ੍ਰੇਮ ਭਗਤ ਔ ਵੈਰਾਗ ਕੀ ਸੁਣਾਵੈ ਕਥਾ, ਜਦੋਂ ਸ਼ਾਂਤ ਰਸ ਨੂੰ ਮੰਨਣ ਵਾਲੇ ਹਜ਼ੂਰੀ ਗੁਰਸਿੱਖ ਪਿਆਰੇ ਪ੍ਰੇਮੀ ਬੈਠੇ ਨੇ ਸ਼ਰਧਾਲੂ ਹਜ਼ੂਰੀ ਦੇ ਵਿੱਚ, ਤਾਂ ਵਾਹਿਗੁਰੂ ਕੇ ਆਤਮਿਕ ਗਿਆਨ ਦੀ ਕਥਾ,
परमात्मा की भगती की कथा, वाहिगुरु के प्रेम की कथा, जगत तो वैराग की कथा अपने मुखारबिंद तो सतगुरु सुना के हिरदिया शांति प्राप्त करते हैं, ब्रह्म ज्ञान की प्राप्ति करा देंगे है। पर जो ईर खालू चढ़ के आ जाते हैं तो चढ़ के तुरंग जंग देवै ललकारा है। ओही सिंह ने जिन्हों दीवान विच सजिया महाराज शांति का उपदेश देंदे है, नाम बाणी विच जोड़दे है, पर जदों इउं धर्म दे वैरी चढ़ के आ गए तां घोड़े ते चढ़ के अपने उन्हां ही सिंघां नूं वैरियां दे आहू लाउण दा सतगुरु जी ललकारा मारदे है, वंगारदे आ खालसे नूं कि इन्हां इनसानियत दे दुश्मणां नूं इन्हां दे कीते कर्मां दे अनुसार सजा दिओ ते इन्हां दा मूँह मोड़ो। यह सतगुरु जी की अदुत्ती शख्सियत है। तत् ज्ञानी दानी योधा, तत् ज्ञानी भाव परमात्मा का ज्ञान बख्शिश करने वाले हैं सतगुरु जी। दानिया विच्चों श्रोमणी दानी ने, योधिया विच्चों श्रोमणी योधे हैं। बहुता समा नहीं विस्तार करता, नहीं तो इन्हों पंक्तियों का ही बड़ा विस्तार हो जाए। दानी कैसे ने ते योधे कैसे ने। तत् ज्ञानी दानी योधा, गृही त्यागी गुरु चेला, ग्रिस्तियां विच्चों श्रोमणी ग्रिस्ती भी ने सतगुरु महाराज जी। चार साहिबजादे ग्रह विखे प्रगटे ते कैसा उत्तम तरीके नाल पालन पोषण, चारे दे चारे ब्रह्म ज्ञानी ते कौम दे महान शहीद। इउं ग्रिस्तन मैं तू बड़ो ग्रस्ती, जोगन मैं जोगी। इउं ग्रिस्तियां दे विच्चों ग्रिस्ती भी ने ते त्यागियां विच्चों त्यागी भी ने। जे किते कौम नूं पंथ नूं लोड़ पै गई तां ओह लाडा प्यार दे नाल गुरमत विच गुण गुण के पाले चारे पुत्तर, धर्म हेत कुरबान करन तों रता पर भी हिचकचाट महसूस नहीं कीती। तत् ज्ञानी दानी योधा, गृही त्यागी, त्यागी ऐसे ने। गुरु चेला, गुरु रूप भी आपने ते चेला रूप भी आपने। आपे गुर चेला है, आपे आपे हर प्रभ चूज विदानी। गुरु रूप हो के खंडे बाटे दे अमृत दी दात पांच सिंघां दे सीस लैके बख्शिश करदे ने। चेला रूप हो के पंजां तों आप अमृत दी मंग करदे ने, मैनू भी अमृत छकाओ। ते कैसा अस्तरज कौतक वापरदा है। चेला रूप हो के भी अपना फर्ज किवें निभाउंदे ने। जदों पंज प्यारियां नूं अमृत छका दिता सी ना, तां आप हथ जोड़ सामने खड़ गए सी, अमृत मैनू भी दिओ गुरु खालसा जी। गुरां आख्या पंजां प्यारियां नूं मैनू नाम दे रंग दी चढ़े रंगणा, मैं भी माण ला रब्बी हुलारियां नूं। जदों इह बेनती रूप बचन कीते सी तां की होया, दया सिंह जी ने अगों जवाब दे दिता, सौदा किस भा पिया बनजारियां नूं, अमृत मुफ्त ना लिया मुफ्त नहीं देना है, ये तां मिलदा है सिरां दे बोबे तारियां नूं। महाराज आप जी ने अमृत की दात बख्शी, मुफ्त नहीं मिली सानू, आपां सिर वढाए ने, साडे सीस की भेटा लैके अमृत की दात आप जी ने बख्शी। जिहड़ी चीज महंगे मुल लई होवे ना मुफ्त दित्ती जा सकती है ना सस्ती दित्ती जा सकती है। आप जी दसो की भेटा देने हो, जवाब की मिलिया कलगीधर जी का। गोबिंद आख्या रब गवाह लै लो किते कौल मैं तोड़ निभा देंगा, तुसा अमृत लई पंज सीस दिते मैं सारा सरबंस लुटा देंगा। एडी वड्डी भेटा सतगुरु जी करदे ने अमृत छकण वास्ते। खुद अमृत दे दाते आप खंडे बाटे दा अमृत छकण वास्ते एडी वड्डी भेटा गुरु पंथ दे अर्पण करदे ने, ते आखर इन्हां अपने बचनां नूं निभाउंदे भी ने। तत् ज्ञानी दानी योधा, गृही त्यागी गुरु चेला, वाह वाह धन धन जनक हमारा है। अश्चर्ज ने, वाह रूप ने, धन धन ने साडे पिता श्री गुरु गोबिंद सिंह साहिब महाराज जी। ऐसी अदुत्ती शख्सियत है। दूसरा पक्ष समाज नूं देण, इहदे बारे भी आपां विचार पहलां कर चुके हाँ। रुलदियां फिरदियां नूं सरदारियां बख्शियां, देश कौम की गुलामी के बंधन सतगुरु गरीब नवाज जी ने तोड़े ने, जिक्र नहीं किया जाता बख्शां दा। ते तीसरी गल आपां गुरु की सिक्ख्या दी, गुरु के उपदेश दी कर लईए। जिवें हुणे दास ने बेनती की, सरबंस कुरबान करके सब कुछ लुटा के कौम तो यही अरदास बेनती, वाहिगुरु के चरणा विच के पंथ वसे मैं उजड़ा, मन चाओ कनेरा। इन्नियां वड्डियां कुरबानियां, इन्नियां वड्डियां बख्शिशां करके सतगुरां ने आस साडे कोलों की रखी कि असी गुरु के सिंह सजीए, असी गुरु के बचन की पालना करिए, असी गुरमत मर्यादा दे धारनी बनीए। सतगुरु जी ने केवल यही साडे कोलों आस रखी है ना, होर तां कोई आस नहीं रखी। पर साध संगत जी अफसोस, आपां गुरु के बचन सुनदे हाँ, गुरु कीआं कुरबानियां दा इतिहास सुनदे हाँ, गुरु कीआं बख्शिशां बारे सुनदे हाँ, सुन के गुरु के उपदेशां वल्लों आपां अखां मीट जांदे हाँ।
ਜਿਵੇਂ ਕਿ ਧੰਨ ਸਤਿਗੁਰੂ ਨਾਨਕ ਦੇਵ ਜੀ ਦੇ ਅੱਗੇ ਬੇਨਤੀ ਕਰਦੇ ਹਾਂ, ਇੱਕ ਉਰਦੂ ਦੇ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ ਸੀ ਕਿ ਹਮ ਜਬ ਵੀ ਤੁਹਾਰੇ ਦਰ ਪੇ ਗਏ, ਹੱਥੋਂ ਪੇ ਲੇ ਕਰ ਫੂਲ ਗਏ, ਵੋ ਰੁਕਨਾ ਗਿਰਤੇ ਪਰਬਤ ਕਾ, ਵੋ ਫਿਰਨਾ ਹਰ ਸੂ ਮੱਕੇ ਕਾ, ਹਰ ਬਾਤ ਤੁਹਾਰੀ ਯਾਦ ਰਹੀ, ਪੈਗਾਮ ਤੁਹਾਰਾ ਭੁੱਲ ਗਏ। ਮਹਾਰਾਜ ਤੁਹਾਡੀਆਂ ਸਾਖੀਆਂ ਸਾਨੂੰ ਚੇਤੇ ਨੇ, ਧੰਨ ਸਤਿਗੁਰੂ ਨਾਨਕ ਦੇਵ ਜੀ, ਤੁਸਾਂ ਨੇ ਮੱਕਾ ਘੁਮਾ ਦਿੱਤਾ, ਇਹ ਸਾਖੀ ਦਾ ਸਾਨੂੰ ਪਤਾ ਹੈ। ਤੁਸਾਂ ਨੇ ਉਹ ਵਲੀ ਕੰਧਾਰੀ ਦਾ ਸੁੱਟਿਆ ਪਰਬਤ ਪੰਜਾ ਲਾ ਕੇ ਰੋਕ ਦਿੱਤਾ, ਸਾਨੂੰ ਪਤਾ ਹੈ। ਹੋਰ ਕੌਤਕ ਜੋ ਕੀਤੇ ਆਪਾਂ ਸੁਣੇ ਨੇ ਕਵੀਸ਼ਰਾਂ ਕੋਲੋਂ, ਢਾਡੀ ਸਿੰਘਾਂ ਕੋਲੋਂ, ਪ੍ਰਚਾਰਕਾਂ ਕੋਲੋਂ, ਤੁਹਾਡੀਆਂ ਗੱਲਾਂ ਤਾਂ ਸਾਨੂੰ ਸਾਰੀਆਂ ਯਾਦ ਨੇ ਕਿ ਇਹ ਕੌਤਕ ਕੀਤੇ, ਪਰ ਤੁਸਾਂ ਉਪਦੇਸ਼ ਕੀ ਦਿੱਤਾ, ਤੁਸਾਂ ਸਿੱਖਿਆ ਕੀ ਦਿੱਤੀ, ਉਹ ਆਪਾਂ ਭੁੱਲ ਗਏ। ਸਾਨੂੰ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜਿਆ, ਸਾਨੂੰ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 14 ਜੰਗਾਂ ਲੜੀਆਂ ਤੇ ਜਿੱਤੀਆਂ, ਸਾਨੂੰ ਪਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਿਤਾ ਸ਼ਹੀਦ ਕਰਾਇਆ, ਮਾਤਾ ਸ਼ਹੀਦ ਕਰਾਈ, ਚਾਰੇ ਪੁੱਤਰ ਸ਼ਹੀਦ ਕਰਾਏ, ਸਰਬੰਸ ਵਾਰਿਆ, ਸਭ ਕੁਝ ਹੀ ਪਤਾ ਹੈ। ਪਰ ਜਿਹੜਾ ਗੁਰੂ ਕਾ ਪੈਗਾਮ, ਜਿਹੜਾ ਗੁਰੂ ਕਾ ਉਪਦੇਸ਼, ਜਿਹੜਾ ਗੁਰੂ ਕਾ ਹੁਕਮ, ਉਹ ਸਾਨੂੰ ਭੁੱਲ ਗਿਆ, ਤੇ ਜਾਂ ਪਤਾ ਹੁੰਦਿਆਂ ਵੀ ਸਾਡੇ ਵਿੱਚ ਮੰਨਣ ਦੀ ਪ੍ਰਵਿਰਤੀ ਨਾ ਰਹੀ। ਕਿਹੜਾ ਸਿੱਖ ਹੈ ਜਿਹਨੂੰ ਭੁਲੇਖਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਸਿੱਖ ਪ੍ਰਤੀ ਇਹ ਹੁਕਮ ਹੈ ਕਿ ਪ੍ਰਥਮ ਰਹਿਤ ਜਹ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਔਰ ਨਾ ਪਾਹੁਲ ਜੋ ਲਏ। ਇਹ ਤਾਂ ਹਰ ਇੱਕ ਨੂੰ ਪਤਾ ਹੀ ਹੈ, ਆਪਾਂ ਸ਼ੁਰੂ ਤੋਂ ਸੁਣਦੇ ਆਏ ਹਾਂ, ਵਿਚਾਰਦੇ ਆਏ ਹਾਂ ਕਿ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਹਰ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਪਰ ਆਪੋ ਆਪਣੇ ਸਰੀਰਾਂ ਵੱਲ, ਆਪੋ ਆਪਣੇ ਮਨਾਂ ਵੱਲ, ਆਪੋ ਆਪਣੇ ਜੀਵਨ ਵੱਲ ਝਾਤ ਮਾਰ ਕੇ ਤੱਕੀਏ ਕਿ ਕੀ ਆਪਾਂ ਗੁਰੂ ਕਾ ਇਹ ਬਚਨ ਮੰਨਿਆ, ਇਹ ਬਚਨ ਪ੍ਰਵਾਨ ਕੀਤਾ, ਆਪਾਂ ਗੁਰੂ ਕੀ ਖੁਸ਼ੀ ਦਾ ਪਾਤਰ ਬਣਨ ਦਾ ਯਤਨ ਕੀਤਾ ਹੈ, ਇਹ ਸੋਚੀਏ ਤਾਂ ਸਹੀ। ਸੋ ਅਸੀਂ ਤਾਂ ਮੰਨਦੇ ਨਹੀਂ, ਹੋਰ ਹੀ ਕਿਸੇ ਤਰ੍ਹਾਂ ਦੀਆਂ ਆਪਾਂ ਅੱਗੋਂ ਟੁੱਚਰਾਂ ਡਾਉਣ ਲੱਗ ਪੈਂਦੇ ਹਾਂ। ਲਓ ਜੀ, ਅੰਮ੍ਰਿਤ ਛਕਿਆ ਕੋਈ ਬਹੁਤੀ ਵੱਡੀ ਗੱਲ ਹੋ ਜਾਂਦੀ ਹੈ? ਮਨ ਸਾਫ਼ ਹੋਣਾ ਚਾਹੀਦਾ, ਬਾਕੀ ਕਿਹੜੀ ਗੱਲ ਹੈ? ਤਾਂ ਭਾਈ ਕਲਗੀਧਰ ਜੀ ਦਾ ਮਨ ਜਿਹੜਾ ਸੀ ਉਹ ਕਿਹੜੀ ਗੱਲੋਂ ਭਲਾ ਸਾਫ਼ ਨਹੀਂ ਸੀ ਕਿ ਉਹਨਾਂ ਨੇ ਵੀ ਅੰਮ੍ਰਿਤ ਖੁਦ ਛਕਿਆ ਅਤੇ ਉਹ ਵੀ ਐਡੀ ਵੱਡੀ ਭੇਟਾ ਦੇ ਕੇ? ਨਹੀਂ, ਸਾਧ ਸੰਗਤ ਜੀ, ਗੁਰੂ ਕੇ ਸਿੱਖ ਦਾ ਕਰਮ ਹੈ ਗੁਰੂ ਕਾ ਹੁਕਮ ਮੰਨਣਾ। ਜੇ ਆਪਾਂ ਇਸ ਗੱਲ ਦੀ ਵਿਚਾਰ ਕਰੀਏ, ਜਿਵੇਂ ਕਿ ਹੁਣ 1 ਤਰੀਕ ਨੂੰ ਇੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ, 7 ਦਿਨ ਦੇ ਦੀਵਾਨ ਨੇ, ਅੱਜ 4th ਦਿਨ ਦਾ ਸੱਜ ਰਿਹਾ, 3 ਦਿਨ ਹੋਰ ਹੈ, ਹੁਣ ਵੇਖਣਾ ਇਹ ਹੈ ਕਿ ਰਿਜ਼ਲਟ ਕੀ ਨਿਕਲਦਾ, ਕਿੰਨਿਆਂ ਕੁ ਦੇ ਮਨਾਂ ਉੱਪਰ ਇਹ 7 ਦਿਨ ਦੇ ਹੋਏ ਗੁਰਮਤਿ ਪ੍ਰਚਾਰ ਦਾ ਅਸਰ ਹੁੰਦਾ ਹੈ, ਤੇ ਕਿੰਨੇ ਕੁ ਆਪਾਂ ਜਿਹੜੇ ਅਜੇ ਗੁਰੂ ਕੇ ਲੜ ਨਹੀਂ ਲੱਗਦੇ ਉਹ 1 ਤਰੀਕ ਨੂੰ ਜਿਹੜੇ ਪਹਿਲਾਂ ਲੱਗੇ ਨੇ ਉਹ ਗੁਰੂ ਕੇ ਹੁਕਮ ਦੀ ਕਿੰਨੀ ਪਾਲਣਾ ਕਰਦੇ, ਇਹ ਵੀ ਆਪਾਂ ਆਪਣੇ ਮਨਾਂ ਵਿੱਚ ਆਪ ਹੀ ਝਾਤ ਮਾਰ ਮਾਰ ਕੇ ਵੇਖ ਲੈਣੀ ਹੈ। ਜੇ ਆਪਾਂ ਅੰਮ੍ਰਿਤ ਛਕਣ ਦੇ ਬਾਰੇ ਦਲੀਲਾਂ ਦੇਣ ਲੱਗੀਏ ਨਾ ਕਿ ਕਿਉਂ ਜ਼ਰੂਰੀ ਹੈ, ਬੜੇ ਇਤਿਹਾਸ ਦੇ ਐਸੇ ਪ੍ਰਮਾਣ ਨੇ ਜਿਹੜੇ ਪ੍ਰਮਾਣ ਉਦਾਹਰਣਾਂ ਦੇ ਦੇ ਕੇ ਸਿੱਧ ਕੀਤਾ ਜਾ ਸਕਦਾ ਕਿ ਅੰਮ੍ਰਿਤ ਛਕਣਾ ਹਰ ਇੱਕ ਵਾਸਤੇ ਲਾਜ਼ਮੀ ਹੈ, ਹਰ ਇੱਕ ਵਾਸਤੇ ਜ਼ਰੂਰੀ ਹੈ। ਮੈਂ 1-2 ਬੇਨਤੀਆਂ ਕਰ ਹੀ ਦੇਵਾਂ। ਅਨੰਦਪੁਰ ਸਾਹਿਬ ਜੀ ਕੀ ਪਰਮ ਪਵਿੱਤਰ ਧਰਤੀ, ਮਾਤਾ ਗੁਜਰੀ ਜੀ ਆਏ ਨੇ ਆਪਣੇ ਲਾਲ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ, ਤੇ ਆ ਕੇ ਇੱਕ ਬਚਨ ਕੀਤਾ ਕਿ ਪੁੱਤਰ ਜੀ, ਬਾਣੀ ਤਾਂ ਰੋਜ਼ ਪੜ੍ਹਦੇ ਹਾਂ ਪਰ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਇੱਕ ਵਿਚਾਰ ਮਨ ਵਿੱਚ ਆ ਗਈ ਹੈ। ਸਤਿਗੁਰਾਂ ਹੱਥ ਜੋੜੇ, ਮਾਤਾ ਜੀ ਦੱਸੋ, ਆਹ ਜਿਹੜੀ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ, 8ਵੀਂ ਅਸ਼ਟਪਦੀ 5ਵੇਂ ਪਾਤਸ਼ਾਹ ਨੇ ਉਚਾਰੀ ਹੈ, ਇਸ 8ਵੀਂ ਅਸ਼ਟਪਦੀ ਵਿੱਚ ਜੋ ਅਵਸਥਾ ਬ੍ਰਹਮ ਗਿਆਨੀ ਦੀ ਕਹੀ ਹੈ, ਕਿ ਇਹੋ ਜਿਹਾ ਬ੍ਰਹਮ ਗਿਆਨੀ ਕੋਈ ਮੌਜੂਦ ਹੈ ਇਸ ਵਕਤ ਸੰਸਾਰ ਦੇ ਵਿੱਚ? ਅਗਲੀ 9ਵੀਂ ਅਸ਼ਟਪਦੀ ਵਿੱਚ ਵੀ ਬਚਨ ਆਉਂਦੇ ਕਿ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਜਿਹਦੇ ਲਈ ਅੰਮ੍ਰਿਤ ਤੇ ਜ਼ਹਿਰ ਇੱਕ ਰੂਪ ਹੋਣ, ਜਿਹਦੇ ਲਈ ਸੋਨਾ ਤੇ ਮਿੱਟੀ ਇੱਕੋ ਜਿਹਾ ਹੋਵੇ, ਇਹੋ ਜਿਹਾ ਗੁਰਸਿੱਖ ਪਿਆਰਾ, ਇਹੋ ਜਿਹਾ ਬ੍ਰਹਮ ਗਿਆਨੀ ਦੁਨੀਆਂ ਤੇ ਮੌਜੂਦ ਹੈ ਕੋਈ? ਜੇ ਹੋਵੇ ਤਾਂ ਮੈਨੂੰ ਦਰਸ਼ਨ ਤਾਂ ਕਰਾਓ। ਮਹਾਰਾਜ ਨੇ ਬਚਨ ਕੀਤਾ, ਹਾਂ ਮਾਤਾ ਜੀ, ਭਾਵੇਂ ਕਿ ਸਾਰੇ ਗੁਰੂ ਕੇ ਪਿਆਰੇ ਬੜੀ ਚੜ੍ਹਦੀ ਕਲਾ ਵਾਲੇ ਨੇ, ਪਰ ਸਭ ਤੋਂ ਉੱਚੀ ਅਵਸਥਾ ਵਾਲੇ ਐਸੇ ਜਿਹੜੇ ਬ੍ਰਹਮ ਗਿਆਨੀ ਨੇ ਉਹ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੌਜੂਦ ਨੇ, ਅਤੇ ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ। ਮਹਾਰਾਜ ਕਹਿਣ ਲੱਗੇ, ਚੰਗਾ, ਇਉਂ ਕਰਿਓ, ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਬ੍ਰਹਮ ਗਿਆਨੀ ਜੀ ਦੀ ਸੇਵਾ ਕਰਨ ਦੇ ਖਿਆਲ ਨਾਲ ਆਪਣੇ ਹੱਥੀਂ ਲੰਗਰ ਪ੍ਰਸ਼ਾਦਾ ਤਿਆਰ ਕਰਿਓ, ਉਹ ਬ੍ਰਹਮ ਗਿਆਨੀ ਜੀ ਆਪ ਹੀ ਆ ਕੇ ਤੁਹਾਡੇ ਕੋਲੋਂ ਪ੍ਰਸ਼ਾਦਾ ਮੰਗਣਗੇ, ਛਕਣਗੇ, ਤੁਸੀਂ ਦਰਸ਼ਨ ਕਰ ਲਿਓ ਅਤੇ ਸੇਵਾ ਕਰ ਲਿਓ। ਮਾਤਾ ਜੀ ਬੜੇ ਖੁਸ਼ ਹੋਏ, ਅੰਮ੍ਰਿਤ ਵੇਲੇ ਉੱਠੇ, ਅਗਲੇ ਦਿਨ ਤਿਆਰੀ ਆਰੰਭ ਕੀਤੀ ਹੈ।
ਤੇ ਇੱਧਰ ਉਹ ਬ੍ਰਹਮ ਗਿਆਨੀ ਜੀ ਕੌਣ ਹਨ? ਸਾਧ ਸੰਗਤ ਜੀ, ਉਹ ਨੇ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਕੀ ਅੰਸ਼ ਬੰਸ ਵਿੱਚੋਂ ਭਾਈ ਰਾਮ ਕੋਇਰ ਜੀ। ਸੋ ਉਹ ਅੰਮ੍ਰਿਤਸਰ ਸ਼ਸ਼ੋਭਿਤ ਨੇ, ਉੱਧਰ ਮਾਤਾ ਜੀ ਨਾਲ ਗੁਰੂ ਕੇ ਐਸੇ ਬਚਨ ਹੁੰਦੇ ਆ ਆਨੰਦਪੁਰ ਸਾਹਿਬ ਵਿਖੇ, ਤੇ ਇੱਧਰ ਅੰਮ੍ਰਿਤਸਰ ਬੈਠਿਆਂ ਭਾਈ ਰਾਮ ਕੋਇਰ ਜੀ ਦੇ ਮਨ ਵਿੱਚ ਅਚਾਨਕ ਖਿੱਚ ਪੈਂਦੀ ਹੈ ਕਿ ਮਨਾ ਅੰਤਰ ਆਤਮੇ ਗੁਰੂ ਕੇ ਆਤਮਿਕ ਰੂਪ ਦੇ ਦਰਸ਼ਨ ਭਾਵੇਂ ਨਿੱਤ ਕਰਦੇ ਹਾਂ ਪਰ ਪ੍ਰਤੱਖ ਦਰਸ਼ਨਾਂ ਨੂੰ ਬੜਾ ਸਮਾਂ ਹੋ ਗਿਆ ਹੈ, ਚੱਲੀਏ ਆਨੰਦਪੁਰ ਸਾਹਿਬ ਤੇ ਗੁਰੂ ਕੇ ਦਰਸ਼ਨ ਦਾਰੇ ਕਰੀਏ। ਚੱਲ ਪੈਂਦੇ ਨੇ ਘੋੜੀ ਤੇ ਚੜ੍ਹ ਕੇ। ਇਤਿਹਾਸ ਵਿੱਚ ਇਹ ਅਸਤਰਜ ਬਚਨ ਲਿਖੇ, ਨਾ ਘੋੜੀ ਦੇ ਮੂੰਹ ਦੇ ਵਿੱਚ ਕੋਈ ਕਿਸੇ ਪ੍ਰਕਾਰ ਘੜਿਆਲਾ, ਨਾ ਆਪਣੇ ਹੱਥ ਵਿੱਚ ਲਗਾਮ, ਤੇ ਘੋੜੀ ਦੇ ਇੱਕੋ ਪਾਸੇ ਦੋਵੇਂ ਲੱਤਾਂ ਕਰਕੇ ਬਾਬਾ ਰਾਮ ਕੋਇਰ ਜੀ ਬੈਠ ਜਾਇਆ ਕਰਦੇ ਸਨ, ਤੇ ਜਿੱਧਰ ਆਪ ਜੀ ਦੇ ਮਨ ਦੀ ਚਾਹਨਾ ਹੁੰਦੀ ਘੋੜੀ ਆਪਣੇ ਆਪ ਹੀ ਤੁਰੀ ਜਾਂਦੀ ਸੀ। ਚਾਲੇ ਪਾ ਦਿੱਤੇ, ਪਰ ਹੁਣ ਇੰਨਾ ਲੰਮਾ ਪੰਧ ਜਿਹੜਾ ਹੈ ਉਹ ਇੱਕ ਘੋੜੀ ਉੱਪਰ ਇੱਕ ਦਿਨ ਵਿੱਚ ਪੂਰਾ ਕਿਵੇਂ ਹੋਵੇ? ਆਪਣੀ ਅਧਿਆਤਮਿਕ ਸ਼ਕਤੀ ਦੇ ਰਾਹੀਂ ਅਗਲੇ ਦਿਨ ਅੰਮ੍ਰਿਤ ਵੇਲੇ ਦੇ ਸਮੇਂ ਆਨੰਦਪੁਰ ਸਾਹਿਬ ਵਿਖੇ ਜਾ ਪਹੁੰਚੇ। ਪਹਿਲਾਂ ਮਹਿਲਾਂ ਵਿੱਚ ਗਏ, ਮਾਤਾ ਜੀ ਦੇ ਦਰਸ਼ਨ ਕੀਤੇ, ਗੁਰੂ ਮਾਤਾ ਜਾਣ ਕੇ ਨਮਸਕਾਰ ਕੀਤੀ, ਮਾਤਾ ਜੀ ਨੇ ਵੀ ਅੱਗੋਂ ਬ੍ਰਹਮ ਗਿਆਨੀ ਜਾਣ ਕੇ ਨਮਸਕਾਰ ਕਰ ਦਿੱਤੀ, ਬੇਨਤੀ ਕੀਤੀ, ਮਾਤਾ ਜੀ ਕੱਲ੍ਹ ਦਾ ਅੰਮ੍ਰਿਤਸਰ ਤੋਂ ਤੁਰਿਆ, ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਓ। ਮਾਤਾ ਜੀ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ, ਬੜੇ ਨਿਹਾਲ ਨਿਹਾਲ ਆਨੰਦ ਵਿੱਚ ਹੋਏ। ਉਪਰੰਤ ਸੱਜੇ ਦੀਵਾਨ ਵਿੱਚ ਭਾਈ ਰਾਮ ਕੋਇਰ ਜੀ ਪਹੁੰਚਦੇ ਹੈ, ਮਹਾਰਾਜ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੂੰ ਬਿਠਾਉਂਦੇ ਹੈ, ਤੇ ਜਦੋਂ ਆਪਣੀ ਪ੍ਰਸੰਨਤਾ ਵਿੱਚ ਸਤਿਗੁਰੂ ਜੀ ਬਚਨ ਕਰਦੇ ਕਿ ਭਾਈ ਸਾਹਿਬ ਜੀ ਤੁਹਾਡੇ ਜੈਸਾ ਗੁਰਸਿੱਖ ਹੋਰ ਕੋਈ ਨਹੀਂ, ਦੱਸੋ ਕੋਈ ਇੱਛਾ ਮਨ ਦੀ ਹੋਵੇ ਮੰਗ ਲਵੋ। ਬੇਨਤੀ ਕੀਤੀ, ਮਹਾਰਾਜ ਕੋਈ ਇੱਛਾ ਕਿਸੇ ਤਰ੍ਹਾਂ ਦੀ ਵਸਤੂ ਮੰਗਣ ਦੀ ਰਹੀ ਨਹੀਂ, ਪਰ ਭਾਈ ਜੀ ਕੁਝ ਤੁਹਾਡੇ ਤੇ ਬਖਸ਼ਿਸ਼ ਕਰਨਾ ਚਾਹੁੰਦੇ, ਦੇਣਾ ਚਾਹੁੰਦੇ, ਕੁਝ ਤਾਂ ਮੰਗੋ। ਬੇਨਤੀ ਕੀਤੀ, ਮਹਾਰਾਜ ਫਿਰ ਇਹੀ ਅਰਦਾਸ ਹੈ ਕਿ ਸੱਚਖੰਡ ਵਿੱਚ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰ ਦਿਓ। ਜਦੋਂ ਇਹ ਬਚਨ ਕਿਹਾ ਸੀ, ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਬਾਬਾ ਜੀ ਕੁਝ ਹੋਰ ਮੰਗੋ, ਮਹਾਰਾਜ ਹੋਰ ਕਿਸੇ ਵਸਤੂ ਦੀ ਲੋੜ ਨਹੀਂ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਸੱਚਖੰਡ ਦੇ ਵਿੱਚ। ਮਹਾਰਾਜ ਕਹਿਣ ਲੱਗੇ, ਫਿਰ ਇਸ ਵਸਤੂ ਦੀ ਪ੍ਰਾਪਤੀ ਲਈ ਮਰਯਾਦਾ ਵਿੱਚ ਪਰਪੱਕ ਹੋਣਾ ਲਾਜ਼ਮੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤਾਂ ਇਹ ਪ੍ਰਾਪਤੀ ਹੋਵੇਗੀ। ਹੁਣ ਭਾਈ ਰਾਮ ਕੋਇਰ ਜੀ ਨੇ ਕੋਈ ਟੁੱਚਰ ਨਹੀਂ ਖੜੀ ਕੀਤੀ, ਮੈਂ ਤਾਂ ਜੀ ਬਾਬਾ ਬੁੱਢਾ ਜੀ ਦੀ ਅੰਸ ਬੰਸ ਵਿੱਚੋਂ ਹਾਂ, ਮੈਂ ਤਾਂ ਇੰਨੀ ਵੱਡੀ ਅਧਿਆਤਮਿਕ ਅਵਸਥਾ ਵਾਲਾ, ਮੈਨੂੰ ਕੀ ਲੋੜ? ਨਹੀਂ, ਉਸੇ ਵੇਲੇ ਹੱਥ ਜੋੜ ਦਿੱਤੇ ਸੀ, ਮਹਾਰਾਜ ਜਿੱਥੇ ਇੰਨੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ, ਆਹ ਵੀ ਬਖਸ਼ਿਸ਼ ਕਰਦੇ ਹੋ, ਇਹਦੇ ਤੋਂ ਮੈਂ ਖਾਲੀ ਕਿਉਂ ਰਹਿ ਜਾਵਾਂ? ਅੰਮ੍ਰਿਤ ਸੰਚਾਰ ਹੋਇਆ, ਭਾਈ ਰਾਮ ਕੋਇਰ ਜੀ ਨੇ ਅੰਮ੍ਰਿਤ ਛਕਿਆ, ਆਪਣੀ ਰਸਨਾ ਤੋਂ ਨਾਮ ਕਲਗੀਧਰ ਪਾਤਸ਼ਾਹ ਜੀ ਨੇ ਗੁਰਬਖਸ਼ ਸਿੰਘ ਰੱਖਿਆ, ਤੇ ਬਚਨ ਕੀਤਾ ਸੀ ਕਿ ਹੁਣ ਤੁਸੀਂ ਸਾਡਾ ਰੂਪ ਹੀ ਹੋ ਗਏ, ਤੁਹਾਡੇ ਵਿੱਚ ਤੇ ਸਾਡੇ ਵਿੱਚ ਫਰਕ ਹੀ ਕੋਈ ਨਹੀਂ। ਸਾਧ ਸੰਗਤ ਜੀ, ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਆਪ ਸ਼੍ਰੋਮਣੀ ਬ੍ਰਹਮ ਗਿਆਨੀ ਮੰਨਦੇ ਨੇ, ਜੇ ਉਹਨਾਂ ਨੂੰ ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਨਿਵਾਸ ਅੰਮ੍ਰਿਤ ਛਕਣ ਤੋਂ ਬਿਨਾਂ ਨਹੀਂ ਮਿਲ ਸਕਦਾ ਤਾਂ ਸਾਡਾ ਪਾਰ ਉਤਾਰਾ ਕਿਵੇਂ ਹੋਣਾ ਹੈ? ਸਾਨੂੰ ਭਲਾ ਲੋੜ ਕਿਉਂ ਨਹੀਂ? ਭਾਈ ਡੱਲੇ ਵਰਗੇ ਸੇਵਕ ਤਿੰਨਾਂ ਨੂੰ ਵੀ ਤਾਂ ਮਹਾਰਾਜ ਨੇ ਆਪ ਹੀ ਵਰ ਮੰਗਣ ਲਈ ਕਿਹਾ ਸੀ, ਤੇ ਜਦੋਂ ਮੰਗਿਆ ਸੀ ਕਿ ਚਰਨਾਂ ਵਿੱਚ ਪੀੜੀ ਜੋਗੀ ਜਗ੍ਹਾ ਬਖਸ਼ਿਸ਼ ਕਰ ਦਿਓ, ਮਹਾਰਾਜ ਨੇ ਕਿਹਾ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤਾਂ ਮਿਲੇਗੀ, ਸਾਰੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਸੀ, ਭਾਈ ਡੱਲ ਸਿੰਘ ਬਣੇ, ਮਹਾਰਾਜ ਨੇ ਬਚਨ ਕੀਤਾ ਸੀ, ਹੁਣ ਪੀੜੀ ਜੋਗਾ ਜਗ੍ਹਾ ਤਾਂ ਕੀ, ਹੁਣ ਭਾਵੇਂ ਪਲੰਘੇ ਡਾ ਦਿਓ। ਇੰਨੀ ਵੱਡੀ ਸੇਵਾ ਭਾਈ ਡੱਲਾ ਜੀ ਦੀ ਹੈ, ਸਾਧ ਸੰਗਤ ਜੀ, ਆਪਣੀ ਜਾਨ ਜੋਖਮ ਵਿੱਚ ਪਾ ਕੇ, ਖਤਰੇ ਵਿੱਚ ਪਾ ਕੇ ਭਾਈ ਡੱਲਾ ਜੀ ਨੇ ਗੁਰੂ ਕੀ ਸੇਵਾ ਕੀਤੀ, ਪਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਬਿਨਾਂ ਗੁਰੂ ਕੇ ਚਰਨਾਂ ਵਿੱਚ ਜਗ੍ਹਾ ਦਾ ਬਚਨ ਉਹਨਾਂ ਨੂੰ ਵੀ ਨਹੀਂ ਸੀ ਮਿਲਿਆ। ਚੌਥੇ ਪਾਤਸ਼ਾਹੀ ਦੇ ਗੁਰਸਿੱਖ ਬਾਬਾ ਆਦਮ ਜੀ, ਉਹਨਾਂ ਦੇ ਘਰ ਚੌਥੇ ਪਾਤਸ਼ਾਹੀ ਦੇ ਵਰਦਾਨ ਨਾਲ ਪੈਦਾ ਹੋਏ ਭਾਈ ਭਗਤੂ ਜੀ ਪੂਰਨ ਬ੍ਰਹਮ ਗਿਆਨੀ, ਜਿਨ੍ਹਾਂ ਨੇ ਸੱਤਵੇਂ ਪਾਤਸ਼ਾਹ ਜੀ ਦੇ ਤੱਕ ਬੜੀ ਸੇਵਾ ਕੀਤੀ, ਤੇ ਉਹਨਾਂ ਦੇ ਦੋ ਸਪੁੱਤਰ ਭਾਈ ਗੌਰਾ ਭਾਈ ਜੀਵਨ, ਉਹਨਾਂ ਵੀ ਸੱਤਵੇਂ ਪਾਤਸ਼ਾਹ ਦੀਆਂ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭਾਈ ਗੌਰਾ ਦੇ ਪੁੱਤਰ ਭਾਈ ਦਿਆਲ ਦਾਸ ਜੀ ਦਾ ਤਾਂ ਉਹਨਾਂ ਚਿਰ ਸਤਿਗੁਰਾਂ ਨੇ ਲੰਗਰ ਵੀ ਪ੍ਰਵਾਨ ਨਹੀਂ ਸੀ ਕੀਤਾ ਜਿੰਨਾ ਚਿਰ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕ ਲਿਆ। ਮਹਾਰਾਜ ਕਹਿੰਦੇ ਰਹੇ, ਦਿਆਲ ਦਾਸ ਤੂੰ ਨਿਗੁਰਾ ਹੈ, ਤੇਰਾ ਲੰਗਰ ਪ੍ਰਵਾਨ ਨਹੀਂ। ਉਹ ਬੇਨਤੀ ਕਰਦੇ ਰਹੇ, ਮੈਂ ਤਾਂ ਬ੍ਰਹਮ ਗਿਆਨੀਆਂ ਦੀ ਅੰਸ ਬੰਸ ਵਿੱਚੋਂ ਹਾਂ, ਤੁਸੀਂ ਮੇਰੇ ਗੁਰੂ, ਮੈਂ ਨਿਗੁਰਾ ਕਿਵੇਂ? ਮਹਾਰਾਜ ਨੇ ਬਚਨ ਕੀਤਾ ਸੀ, ਜਿੰਨਾ ਚਿਰ ਅੰਮ੍ਰਿਤ ਨਹੀਂ ਛਕਦਾ ਉਨਾ ਚਿਰ ਨਿਗੁਰਾ ਹੀ ਹੈ, ਭਾਵੇਂ ਵੰਸ਼ ਤੁਹਾਡੀ ਬ੍ਰਹਮ ਗਿਆਨੀਆਂ ਦੀ ਹੈ। ਸਾਧ ਸੰਗਤ ਜੀ, ਜਦੋਂ ਵੱਡਿਆਂ ਵੱਡਿਆਂ ਤੇ ਸਤਿਗੁਰਾਂ ਜੀ ਦੀ ਇਹ ਮਰਯਾਦਾ ਦੀ ਸ਼ਰਤ ਲਾਗੂ ਹੁੰਦੀ ਹੈ ਤਾਂ ਸਾਡੇ ਤੇ ਭਲਾ ਕਿਉਂ ਨਹੀਂ? ਅਸੀਂ ਕਿਉਂ ਆਨਾਕਾਨੀ ਕਰੀਏ? ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਭਲਾ ਕਿਉਂ ਨਾ ਛਕੀਏ? ਤੇ ਨਾਲ ਦੂਸਰੀ ਬੇਨਤੀ ਇਹ ਵੀ ਕਰਾਂ,
ਪਹਿਲੀ ਤਰੀਕ ਨੂੰ ਵੱਧ ਚੜ੍ਹ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਨਾਲ ਜਿਹੜਾ ਗੁਰੂ ਕਾ ਅਗਲਾ ਬਚਨ ਹੈ ਨਾ, ਜਿਵੇਂ ਮਹਾਰਾਜ ਨੇ ਹਦਾਇਤ ਕੀਤੀ ਹੈ ਕਿ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਤਰ ਛਕ ਪੁੰਨ ਦੇਵੈ। ਜੋ ਪੰਜ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਰੂਪ ਹੋ ਕੇ ਅੰਮ੍ਰਿਤ ਦੀ ਦਾਤ ਬਖਸ਼ਦੇ ਹੈ, ਗੁਰੂ ਕਾ ਸਿੱਖ ਸਿਰ ਧਰ ਕੇ ਛਕੇ। ਸਿਰ ਧਰ ਕੇ ਭਾਵ ਆਪਣੇ ਧੰਨ ਭਾਗ ਜਾਣ ਕੇ ਗੁਰੂ ਕਾ ਹੁਕਮ ਸਮਝ ਕੇ ਛਕੇ। ਸਿਰ ਧਰ ਕੇ ਕਿ ਆਪਣੀ ਸੀਸ ਦੀ ਭੇਟਾ ਗੁਰੂ ਕੇ ਅਰਪਣ ਕਰਕੇ ਅੰਮ੍ਰਿਤ ਛਕੇ। ਤੇ ਨਾਲ ਅਗਲਾ ਬਚਨ ਵੀ ਕੀਤਾ ਕਿ ਪੁੰਨ ਮਿਲ ਪੰਚੋ ਰਹਿਤ ਜੋ ਭਾਖ ਹੈ ਤਾਂ ਕੋ ਮਨ ਮਹਿ ਦ੍ਰਿੜ ਕਰ ਰੱਖੈ। ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਤੋਂ ਉਪਰੰਤ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾ ਕੇ ਪੰਜ ਪਿਆਰੇ ਸਾਹਿਬਾਨ ਜੋ ਰਹਿਤ ਮਰਯਾਦਾ ਦੱਸਦੇ ਹੈ ਜ਼ਿੰਦਗੀ ਭਰ ਉਸ ਰਹਿਤ ਮਰਯਾਦਾ ਨੂੰ ਗੁਰੂ ਆਏ ਉਹਨਾਂ ਬਚਨਾਂ ਦੀ ਕਮਾਈ ਕੋਈ ਨਹੀਂ, ਮਨ ਮਰਜ਼ੀ ਫੇਰ ਆਪਣੀ। ਸੋ ਇਉਂ ਕਿਰਪਾਨਵੀ ਗਾਤਰੇ ਉੱਪਰੋਂ ਦੀ ਪਾਈ ਹੋਣੀ ਹੈ ਤੇ ਜਾ ਕੇ ਦਰਗਾਹਾਂ ਤੇ ਕਬਰਾਂ ਤੇ ਵੀ ਮੱਥੇ ਟੇਕਦੇ ਫਿਰਨਾ ਹੈ। ਭੁੱਲ ਗਿਆ ਗੁਰੂ ਕਾ ਹੁਕਮ, ਭੁੱਲ ਗਿਆ ਪੰਜ ਪਿਆਰਿਆਂ ਦਾ ਹੁਕਮ ਕੇ ਕੀ ਹੁਕਮ ਕੀਤਾ ਸੀ। ਜੋ ਪੰਜ ਪਿਆਰਿਆਂ ਹੁਕਮ ਕੀਤਾ ਉਹ ਕਲਗੀਧਰ ਪਾਤਸ਼ਾਹ ਜੀ ਉਹਨਾਂ ਪੰਜਾਂ ਵਿੱਚ ਵੱਸ ਕੇ ਆਪ ਹੁਕਮ ਕਰ ਰਹੇ ਨੇ। ਸਿੱਖ ਪੰਚਨ ਮੈਂ ਮੇਰੋ ਵਾਸਾ, ਇਹ ਕਲਗੀਧਰ ਜੀ ਕੇ ਕਹੇ ਹੋਏ ਬਚਨ ਨੇ। ਪਰ ਆਪਾਂ ਤਾਂ ਆਪਣੀ ਮਰਜ਼ੀ ਕਰੀ ਜਾਂਦੇ ਹਾਂ। ਪੰਜਾਂ ਪਿਆਰਿਆਂ ਹਦਾਇਤ ਕੀਤੀ ਸੀ, ਪੰਜ ਬਾਣੀਆਂ ਦਾ ਨਿਤਨੇਮ ਸੁਬਾਹ ਦੇ ਵਕਤ ਸ਼ਾਮ ਨੂੰ ਰਹਿ ਰਾਸਤੇ ਸੋਦਰ ਸੋਹਿਲਾ, ਆਪਾਂ ਇਹ ਪਾਸਿਓਂ ਵੀ ਢਿੱਲੇ ਰਹਿ ਜਾਂਦੇ ਹਾਂ। ਫਿਰ ਇਹ ਹਦਾਇਤ ਹੈ ਗੁਰੂ ਕੀ ਕਿ ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਭਾਈ ਉਹਦੇ ਅੰਤਰੀਵ ਤੌਰ ਤੇ ਜਨ ਨਾਨਕ ਅੰਤ ਵਾਰ ਨਾਮ ਗਹਿਣਾ, ਨਾਮ ਰੂਪੀ ਗਹਿਣਾ ਪਹਿਨਣਾ। ਬਾਹਰੀ ਤੌਰ ਤੇ ਪੰਜ ਕਕਾਰ ਸਾਡੇ ਗਹਿਣੇ, ਹੋਰ ਕਿਸੇ ਤਰ੍ਹਾਂ ਦਾ ਹਾਰ ਸ਼ਿੰਗਾਰ ਸਿੱਖ ਮਰਦ ਜਾਂ ਸਿੱਖ ਬੀਬੀ ਬਿਲਕੁਲ ਵੀ ਨਾ ਕਰੇ। ਅੰਮ੍ਰਿਤ ਵੀ ਛਕਿਆ ਹੈ, ਗਾਤਰੇ ਕਿਰਪਾਨ ਵੀ ਪਾਈ ਹੈ ਤੇ ਕੰਨਾਂ ਵਿੱਚ ਵਾਲੇ ਵੀ ਲਟਕਦੇ ਪਈਆਂ, ਵਾਲੀਆਂ ਵੱਡੀਆਂ ਵੱਡੀਆਂ, ਚੂੜੇ ਵੀ ਹੈ, ਹਾਰ ਸ਼ਿੰਗਾਰ ਵੀ ਹੈ, ਸਭ ਕੁਝ ਹੀ ਹੈ। ਇਹ ਆਪਾਂ ਗੁਰੂ ਕੇ ਹੁਕਮ ਦੀ ਉਲੰਘਣਾ ਨਹੀਂ ਕਰਦੇ। ਸਮਾਂ ਤਾਂ ਤਕਰੀਬਨ ਨਜ਼ਦੀਕ ਹੋ ਚੱਲਿਆ, ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ। ਅੱਜ ਬਹੁਤ ਵੱਡੀ ਸਿੱਖ ਰਹਿਤ ਮਰਯਾਦਾ ਦੇ ਪੱਖ ਤੋਂ ਸਾਡੇ ਵਿੱਚ ਗਿਰਾਵਟ ਆ ਰਹੀ ਹੈ। ਕਦੇ ਮੌਕਾ ਸੀ ਸਾਧ ਸੰਗਤ ਜੀ, ਮੀਰ ਮਨੋ ਦੀਆਂ ਜੇਲ੍ਹਾਂ ਵਿੱਚ ਸਿੱਖ ਬੀਬੀਆਂ ਬੰਦ ਕੈਦ, ਉਹਨਾਂ ਨੂੰ ਸਿੱਖੀ ਧਰਮ ਤਿਆਗਣ ਦੇ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਬੜੇ ਬੜੇ ਲਾਲਚ ਦਿੱਤੇ ਜਾ ਰਹੇ ਹੈ, ਪਰ ਇੱਕ ਵੀ ਲਾਲਚ ਕਿਸੇ ਇੱਕ ਵੀ ਬੀਬੀ ਨੂੰ ਸਿੱਖੀ ਦੀ ਰਹਿਤ ਤੋਂ ਡੁਲਾ ਨਹੀਂ ਸੀ ਸਕਿਆ। ਜਦੋਂ ਲਾਲਚ ਨਾ ਡੁਲਾ ਸਕੇ ਤਾਂ ਤਸੀਹੇ ਦੇਣੇ ਆਰੰਭ ਕੀਤੇ। ਬੀਬੀਆਂ ਦੇ ਕੋਮਲ ਸਰੀਰਾਂ 'ਤੇ ਐਡੇ ਐਡੇ ਤਗੜੇ ਤਸੀਹੇ ਚਾਬਕ ਮਾਰੇ ਜਾਣੇ, ਕੋਰੜੇ ਮਾਰੇ ਜਾਣੇ, ਛਾਤੀਆਂ 'ਤੇ ਭਾਰੇ ਪੱਥਰ ਰੱਖੇ ਜਾਣੇ, ਔਰ ਇਉਂ ਚੱਕੀਆਂ ਪਿਸਾਈਆਂ ਜਾਣੀਆਂ, ਬੀਬੀਆਂ ਫੇਰ ਵੀ ਨਹੀਂ ਡੁੱਲੀਆਂ। ਤੇ ਹੁਣ ਸਭ ਤੋਂ ਵੱਡਾ ਉਹਨਾਂ ਦਾ ਹਥਿਆਰ ਮਾਂ ਦੀ ਮਮਤਾ ਨੂੰ ਵਿੰਨਣ ਦਾ। ਛੋਟੇ ਛੋਟੇ ਬਾਲ ਗੋਦੀਆਂ ਵਿੱਚ ਦੁੱਧ ਚੁੰਘਦੇ, ਉਹਨਾਂ ਨੂੰ ਨੇਜਿਆਂ ਵਿੱਚ ਪਰੋ ਦਿੱਤਾ, ਟੁਕੜੇ ਟੁਕੜੇ ਕਰਕੇ ਝੋਲੀਆਂ 'ਚ ਪਵਾ ਦਿੱਤੇ। ਸਿੱਖ ਬੀਬੀਆਂ ਫੇਰ ਵੀ ਸਿਦਕ ਤੋਂ ਨਹੀਂ ਸੀ ਹਾਰੀਆਂ। ਅੱਜ ਆ ਨਿੱਕੀਆਂ ਨਿੱਕੀਆਂ ਸ਼ਕੀਨੀਆਂ ਪਿੱਛੇ, ਅੱਜ ਕਿਸੇ ਗੁਰਸਿੱਖ ਬੱਚੇ ਦੇ ਰਿਸ਼ਤੇ ਨਾਤੇ ਕਰਨ ਦੀ ਮੁਸ਼ਕਲ ਹੋਈ ਪਈ ਹੈ। ਬਾਕੀ ਤਾਂ ਠੀਕ ਹੈ ਜੀ, ਅੰਮ੍ਰਿਤ ਆਪਾਂ ਜੀ ਵਿਆਹ ਤੋਂ ਬਾਅਦ ਛਕ ਲਵਾਂਗੇ, ਪਰ ਗੁਰੂ ਕਾ ਤਾਂ ਬਚਨ ਹੈ ਜਿੰਨਾ ਚਿਰ ਅੰਮ੍ਰਿਤ ਨਾ ਛਕੇ ਆਨੰਦ ਕਾਰਜ ਹੋਣੀ ਨਹੀਂ ਚਾਹੀਦੇ। ਤੇ ਜੇ ਛਕਣ ਲਈ ਮਨ ਵੀ ਗਏ ਜੀ, ਵਿਆਹ ਵੇਲੇ ਇੰਨੀ ਕੁ ਛੂਟ ਮਿਲ ਜਾਣੀ ਚਾਹੀਦੀ ਹੈ, ਕੋਈ ਹਾਰ ਸ਼ਿੰਗਾਰ, ਕੋਈ ਚੂੜਾ, ਕੋਈ ਗਹਿਣੇ ਵਗੈਰਾ, ਕੋਈ ਹੋਰ ਇਸ ਤਰ੍ਹਾਂ ਪਾਈਏ, ਗੁਰੂ ਕੀ ਮਰਯਾਦਾ ਦੀ ਪੂਰੀ ਪੂਰੀ ਉਲੰਘਣਾ। ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਨਗਰ ਵਸਾਉਣਾ ਆਰੰਭ ਕੀਤਾ ਨਾ, ਲੱਕੜ ਦੀ ਘਾਟ ਸੀ, ਆਪਣੇ ਭਤੀਜੇ ਭਾਈ ਸਾਵਣ ਮਾਲ ਜੀ ਨੂੰ ਪਹਾੜਾਂ ਦੇ ਵਿੱਚ ਭੇਜਿਆ ਕਿ ਉੱਧਰ ਲੱਕੜ ਬਹੁਤ ਹੈ, ਲੱਕੜ ਲੈ ਕੇ ਆਓ। ਬੇਨਤੀ ਕੀਤੀ ਜੀ, ਪਹਾੜੀਏ ਕਠੋਰ ਮਤ ਵਾਲੇ, ਨਾ ਕੋਈ ਜਾਣ ਨਾ ਪਛਾਣ, ਕਿਵੇਂ ਉੱਥੇ ਕੰਮ ਬਣੇਗਾ? ਮਹਾਰਾਜ ਨੇ ਇੱਕ ਰੁਮਾਲ ਆਪਣੇ ਹੱਥ ਦਾ ਦਿੱਤਾ ਸੀ, ਆ ਰੁਮਾਲ ਲੈ ਜਾਓ, ਇਹ ਰੁਮਾਲ ਨਹੀਂ, ਇਹਦੇ ਵਿੱਚ ਗੁਰੂ ਕੀਆਂ ਸਾਰੀਆਂ ਬਰਕਤਾਂ ਬਖਸ਼ਾਂ ਨੇ। ਹਰੀਪੁਰ ਰਿਆਸਤ ਹੈ ਪਹਾੜਾਂ ਵਿੱਚ ਕਾਂਗੜੇ ਵਾਲੇ ਪਾਸੇ, ਉੱਥੇ ਪਹੁੰਚੇ ਭਾਈ ਸਾਵਣ ਮੱਲ ਜੀ। ਉੱਥੋਂ ਦੇ ਰਾਜੇ ਦਾ ਨੌਜਵਾਨ ਪੁੱਤਰ ਇਕਲੌਤਾ ਅਚਾਨਕ ਅਕਾਲ ਚਲਾਣਾ ਕਰ ਗਿਆ। ਭਾਈ ਸਾਵਣ ਮੱਲ ਜੀ ਨੇ ਗੁਰੂ ਕੇ ਬਖਸ਼ੇ ਰੁਮਾਲ ਦੀ ਕੰਨੀ ਪਾਣੀ ਵਿੱਚ ਭਿਉਂ ਕੇ ਪਾਣੀ ਉਸ ਮ੍ਰਿਤਕ ਦੇ ਮੂੰਹ ਵਿੱਚ ਨਚੋੜਿਆ, ਉਹਨੂੰ ਜਿਉਂਦਾ ਕਰ ਦਿੱਤਾ। ਵੇਖ ਕੇ ਰਾਜਾ ਵੀ ਗੁਰੂ ਕਾ ਸਿੱਖ ਬਣਿਆ, ਔਰ ਸਾਰੇ ਲੋਕ ਵੀ। ਲੱਕੜ ਵੀ ਭੇਜੀ, ਮਾਇਆ ਵੀ ਭੇਜੀ, ਤੇ ਆਖਰ ਉਹ ਹਰੀਪੁਰ ਦਾ ਰਾਜਾ ਜਿਹੜਾ ਸੀ ਭਾਈ ਜੀ ਦੇ ਨਾਲ ਆਪਣੀਆਂ ਰਾਣੀਆਂ ਨੂੰ, ਆਪਣੇ ਮੰਤਰੀਆਂ ਵਜ਼ੀਰਾਂ ਨੂੰ, ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਗੁਰੂ ਕੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਇਆ। ਉਹਨਾਂ ਦੇ ਠਹਿਰਾਓ ਦਾ ਪ੍ਰਬੰਧ ਕਰਕੇ ਜਦੋਂ ਭਾਈ ਸਾਵਣ ਮੱਲ ਜੀ ਸਤਿਗੁਰਾਂ ਦੇ ਕੋਲ ਆਗਿਆ ਲੈਣ ਵਾਸਤੇ ਗਏ ਜੀ, ਰਾਜੇ ਨੇ ਦਰਸ਼ਨ ਕਰਨੇ,
महाराज श्री गुरु अमरदास जी ने अनोखा वचन कर दिता सी, राजा दर्शन कर लवे, उहदे नाल आए वजीर अमीर उहदियां फौजां सारे दर्शन कर लैण, पर बीबियां नूं आउण दी इजाजत नहीं, राणी कोई ना आवे। हैरान होए भाई सावण माल जी, महाराज गुरु घर विच तां इह मर्द इस्त्री दा वितकरा है ही नहीं, ते आप जी ने इह कैसा वचन कर दिता? महाराज ने वचन कीते कि राजे दियां राणियां ने हार शिंगार कीते होणगे, कीमती गहने पाए होणगे, सानू इह रूप बिलकुल भी पसंद नहीं, बिलकुल भी पसंद नहीं। जिन्हां ने इउं सो कोई हार शिंगार कीते गहने पाए, उन्हां नूं साडे सरूप दे दर्शन बिलकुल नहीं होणगे, उन्हां नूं दर्शन नहीं देवांगे। महाराज फिर की कीता जावे? उन्हां दे मनां विच वी भावना है, सतगुरां ने वचन कीता जे उन्हां दे मनां विच भावना तां हुक्म सुना दिओ कि सारे गहने उतारो, सारे हार शिंगार उतारो, सारे चमकीले भड़कीले बस्त्रां दा त्याग करो, ते सादे बस्त्र पहन के दर्शन करन लई आओ। ते फिर वड्डी गल अगली नाल के घुंड प्रथा जिहड़ी है इह वी प्रवान नहीं, कोई पर्दा ना करे, कोई ओला ना करे। महाराज अपने कमरे विच चबारा साहब वाले स्थान ते बैठे है खिड़की दे सामने, राजा आया दर्शन करके गाह लंघिया, वजीर अमीर लंघे, पिछों राणियां भी सादे बस्त्र धारण करके आईयां। एक नव व्याही राणी सी, सब तो छोटी उम्र दी, जदों उन्हें अगाह होके झात मारी के बिरध सरूप वाले सतगुरु ने मन विच संकोच आ गया, घुंड कर लिया, पर्दा कर लिया, ते जदों महाराज की खिड़की सामने हुई सतगुरां वचन कीते, एक कमली ने दर्शन नहीं सी करने तां आई कातों सी, बस इन्ना वचन कहण दी देर सी, ओ राणी कमली हो गई शरीर दी, सुध बुध भुल गई, लीड़े कपड़े पार छड़े जंगल वल चली गई, फाखी लम्मी है, समा विस्थार दी आग्या नहीं दिंदा। राजा फिर उसे तरह ही डरदा होया उन्हूं छड़ के चला गया सी। ते एक गुरु के गुरसिख सन, उन्हां दे असली नाम दा तां किसे नूं पता ही नहीं, ओ हर वेले सचन सच इदां किया करदे सी, उन्हां दा नाम ही भाई सचन सच प्रसिद्ध हो गया सी। गुरु के लंगर लई लकड़ां लैण जंगल गए, ओ पागल राणी गल नूं आ चंबड़ी लहू लुहान कर दिता। जदों अगले दिन जाना सी, महाराज ने अपनी खरां बख्शिश कर दित्ती कि उहदे मत्थे नूं सुहा देवी, नाल चादरा बख्शिश कर दिता सी। जदों अगले दिन गए, फिर आके गल पई, ओ गुरु के चरणा दी खरां उहदे मत्थे दे नाल सुहाई सचन सच जी ने, उसे वक्त शरीर दी सुध बुध परत आई। जदों नगन स्वरूप अपना तकिया, बड़ा संकोच जिहा आया, जिहड़े बस्त्र भाई सचन सच जी लै के गए सन वह पहनाए, गुरु की हजूरी विच लै के आए। सतगुरु जी ने अपनी हजूरी विच उस बीबी का आनंद कारज ही भाई सचन सच नाल कर दिता सी, ते फिर उन्हां नूं गुरमत की मंजी बख्शी सी ब्रह्म ज्ञान की दात दे के। ओ गुरु के चरणा की खड़ाम जोड़ा जिहड़ा है मानसा नेड़े सैदेवाल पिंड विच अज भी सुभाए मान है, ते अज भी पागलपन दे जिहड़े रोगी ने ओह गुरु के जोड़े की शो प्राप्त करके राजी हुंदे है। सतगुरु अमरदास जी की देखो इन्नी दृढ़ता कि जिसने हार शिंगार किए है उन्हूं साडे दर्शनों की आग्या नहीं, ते ये गुरु घर की प्रपक्ता हमेशा रही है, सानू सतगुरां ने भी वरजिया है। रहत नामिया दे बचन ने के बीते नाक ना कान को, सतगुर की मर्जाद, ये गुरु की मर्जाद है कि नक कन बिल्कुल नहीं विन्नने। श्री गुरु नानक देव जी दे बचन हन ना कि साबत सूरत रब दी भन्ने बेईमान, दरगह ढोई ना मिले काफर कुत्ता सैतान, इन्ने करले लफज सतगुरु नानक देव जी ने वरते। ते साबत सूरत नूं विगाड़ना की है? शरीर के किसी भी हिस्से तो केसा ते रोमां दा कटाउणा, यह साबत सूरत का विगाड़ है, ते नाल ही नक कन छेदने भी साबत सूरत का विगाड़ है, ये भी केस कट्टण दे बराबर दी बजर कुरैत है। सो साध संगत जी, अमृत छकीए खंडे बाटे दा, ते पंजा प्यारियां वल्लों दित्तियां हदायतां दा पालन करिए। रहना सादे, पहनना सादा, पाउणा सादा, और इस प्रकार गुरमत रहत मर्यादा विच रहना, जुगो जुग अटल सतगुरु श्री गुरु ग्रंथ साहिब तो बिना होर किसी नूं गुरु नहीं मनना, होर किसी की पूजा नहीं करनी, होर किसी ते ईमान नहीं रखना, होर किसी नूं मत्था नहीं टेकना, ते नाल साडे मना विच झूठ फरेब वलछल बेईमानी धोखाधड़ी इत्यादिक जिहड़े औगण ने इन्हां दा त्याग करके शुभ गुणा दे धारनी बनना, यह कलगीधर पिता जी दे सानू आदेश ने, यह गुरु की सिफत है। मैं समाप्ति करा, समा उपर चला गया है। साध संगत जी, मैं बेनती कर रहा सी कि अमृत छकना क्यों जरूरी,
इतिहास विचों बड़ियां उदाहरणां दे के सिद्ध किया जा सकता है, पर गुरु के सिख होने के नाते सानू किसी उदाहरण की किसी दलील की लोड़ ही नहीं होनी चाहिए। साडे लई इन्ना ही काफ़ी है। अमृत छकना क्यों जरूरी है? क्योंकि साहिब श्री गुरु गोबिंद सिंह साहब जी का यह हुक्म है। हुक्म सलाह नहीं कि छक लो भावें ना छक लो, हुक्म है कि प्रथम रहत जह जान खंडे की पाहल छके, सोई सिंह प्रधान और ना पाहल जो लए। यह गुरु का हुक्म है ते पूरे गुर का हुक्म ना मन्ने ओह मनमुख अग्ञान मुठा बिख माया। जिहड़ा पूरे गुरु के हुक्म नू मनदा नहीं माया दे मोह दा मुठा होया ओह मनमुख है, ते जिहड़ा मनमुख बन गया उहदे बारे गुरबाणी विच वचन है कि मनमुख मन अजित है, दूजा लग्या जाए तिस नू सुख सुपने नहीं दुखे दुख विहाए। सुख नहीं दुखां विच ही उम्र बीतेगी, परलोक विच ही दुख भोगने पैणगे। मनमुख ना बनीए, गुरु तो बेमुख ना होइए, गुरु के हुक्म की पालना करिए। पहली तरीक नू अमृत संचार होना है, वध तो वध अमृत छकीए। जेडे पहले भी अमृतधारी ने वह भी, तो जिन्ना अगाम ही अमृत छक के गुरु के सिख बनना है, यह भी चेते रखिए कि पंजा प्यारियां वालों दृढ़ कराई जाती गुरमत मर्यादा दे भी धारनी बनना है। मन मर्जियां नहीं करनिया, मन के ख्यालों पिछे दुनिया के ख्यालों पिछे नहीं चलना। जे नर पची अधिक संसारी, फसे करम मैं ज्यों मत जारी, तिन ते सुन सुन मन है नहीं, धर है सदा जिम सतगुर कही। लोगों दिया गल्लां विच गुरु के सिख ने बिल्कुल नहीं आना, ओ गल धारण करनी है जिहड़ी गुरु ने आखी है, गुरु की सिख्या ते चलना है। बड़े बचन संगतां नाल करन नूं जी करदा है पर समा अगां जाण दी इजाजत नहीं दिंदा। ढाडी सिंह गुरु की हजूरी विच सुभाए मान ने उन्होंने भी आप जी गुरु चरणों जोड़ना, तिना मैं जी आया आखदा हाँ। दास की इन्नी हाजरी प्रवान करनी, समूह गुरद्वारा साहब जी प्रबंधक कमेटी का, नगर पंचायत का, खास तौर पर साढ़े सत्कार योग वीर सो भाई साहब भाई अजमेर सिंह जी, उन्होंने साथी सिंह सारिया का धन्यवाद, सारिया संगतों का बहुत बहुत धन्यवाद। सब तो वधीक कोटान कोट शुकराना जुगो जुग अटल श्री गुरु ग्रंथ साहब जी का, जिन्होंने कृपा करके इस सुभागा समा आपू बख्शिश किया है। फतेह बुलाओ जी, वाहिगुरु जी का खालसा वाहिगुरु जी की फतेह। वाहेगुरु जी का खालसा वाहेगुरु जी की फतेह। वाहेगुरु।